ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਵਾਲਿਆਂ ਦੀ ਰਸ ਭਿੰਨੀ ਆਵਾਜ਼ ਵਿੱਚ ਹਰ ਵੇਲੇ ਕਥਾ ਕੀਰਤਨ ਅਤੇ ਸਿਮਰਨ ਦਾ ਆਨੰਦ ਮਾਨਣ ਲਈ ਭਾਈ ਗੁਰਸ਼ਰਨ ਸਿੰਘ ਜੀ ਆਫੀਸ਼ੀਅਲ ਚੈਨਲ ਯੂਟਿਊਬ ਨੂੰ ਸਬਸਕ੍ਰਾਈਬ ਕਰੋ ਅਤੇ ਨਵੇਂ ਕੀਰਤਨ ਵੀਡੀਓਜ਼ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਓ ਅਤੇ ਆਲ ਨੂੰ ਸਿਲੈਕਟ ਕਰੋ। ਇਸ ਨਾਲ ਹਰ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਦੇ ਮੋਬਾਈਲ ਤੇ ਆਏਗਾ, ਫਿਰ ਤੁਸੀਂ ਉਸ ਦਾ ਆਨੰਦ ਮਾਣ ਸਕਦੇ ਹੋ। ਤਿਸ ਕੋਲ ਘੁਮਾਇਆ ਥੋੜਾ ਸਵੇ ਥੋੜਾ ਹੀ ਖਾਵੇ, ਤਿਸ ਕੋਲ ਘੁਮਾਇਆ ਥੋੜਾ ਸਵੇ ਥੋੜਾ ਹੀ ਖਾਵੇ। ਹਾਂ ਤਿਸ ਕੋਲ ਘੁਮਾਇਆ ਥੋੜਾ ਸਵੇ ਥੋੜਾ ਹੀ ਖਾਵੇ, ਤਿਸ ਕੋਲ ਘੁਮਾਇਆ ਥੋੜਾ ਸਵੇ ਥੋੜਾ ਹੀ ਖਾਵੇ, ਤਿਸ ਕੋਲ ਘੁਮਾਇਆ ਥੋੜਾ ਹੀ ਖਾਵੇ। ਤਿਸ ਕੋਲ ਘੁਮਾਇਆ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੇ ਗਰੀਬੀਆ, ਗੁਰਮਤਿ ਹਿਰਦੇ ਗਰੀਬੀਆ। ਤਿਸ ਕੋਲ ਘੁਮਾਇਆ ਤਿਸ ਕੋਲ ਘੁਮਾਇਆ ਪਰ ਨਾਰੀ ਦੇ ਨੇੜੇ ਨਾ ਜਾਵੇ, ਨਾਰੀ ਦੇ ਨੇੜੇ
ਹਉ ਤਿਸ ਕੋਲ ਕੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ ਹਉ ਤਿਸ ਕੋਲ ਸੁਣ ਆਪ ਹਟਾਵੇ ਹਾਂ ਤਿਸ ਕੋਲ ਕੁਆਇਆ ਥੋੜਾ ਸਵੈ ਥੋੜਾ ਹੀ ਖਾਵੇ ਤਿਸ ਕੋਲ ਕੁਮਾਇਆ ਥੋੜਾ ਸਵੈ ਥੋੜਾ ਹੀ ਖਾਵੇ ਤਿਸ ਕੋਲ ਕੁਮਾਇਆ ਥੋੜਾ ਸਵੈ ਥੋੜਾ ਹੀ ਤਿਸ ਕੋਲ ਕੁਮਾਇਆ ਤਿਸ ਕੋਲ ਕੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ ਸਤਿਗੁਰ ਦਾ ਉਪਦੇਸ਼ ਕਮਾਵੇ ਤਿਸ ਕੋਲ ਕੁਮਾਇਆ ਤਿਸ ਕੋਲ ਕੁਮਾਇਆ ਥੋੜਾ ਸਵੈ ਥੋੜਾ ਹੀ ਥੋੜਾ ਸਵੇ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿਜ ਸਮਾਵੇ ਗੁਰਮੁਖ ਸੋਈ ਸਹਿਜ ਸਮਾਵੇ ਗੁਰਮੁਖ ਸੋਈ ਸਹਿਜ ਸਮਾਵੇ ਗੁਰਮੁਖ ਸੋਈ ਸਹਿਜ ਸਮਾਵੇ ਆ ਤਿਸ ਕੋਲ ਕੁਆਇਆ ਥੋੜਾ ਸਵੇ ਥੋੜਾ ਹੀ ਖਾਵੇ ਕੋਲ ਕੁਮਾਇਆ ਤਿਸ ਕੋਲ ਕੁਮਾਇਆ ਥੋੜਾ ਸਵੇ ਥੋੜਾ ਹੀ ਖਾਵੇ ਭਾਈ ਗੁਰਦਾਸ ਜੀ ਇਸ ਪੌੜੀ ਦੇ ਵਿੱਚ ਸਤਸੰਗਤ ਬਾ ਕਮਾਲ ਗੁਣਾਂ ਦਾ ਵਰਣਨ ਕਰ ਰਹੇ ਤਕਰੀਬਨ ਕਹਿ ਲਓ ਕਿ ਮੈਂ ਸਿਧਾਂਤ ਲਫ਼ਜ਼ ਵਰਤਾਂ ਇਹ ਵੀ ਕੋਈ ਗਲਤ ਗੱਲ ਨਹੀਂ ਹੋਏਗੀ ਛੇ ਸਿਧਾਂਤਾਂ ਦਾ ਜ਼ਿਕਰ ਕੀਤਾ ਛੇ ਸਿਧਾਂਤਾਂ ਛੇ ਗੁਣਾਂ ਦਾ ਕਿ ਗੁਰਸਿੱਖ ਦੇ ਅੰਦਰ ਇਹ ਛੇ ਗੁਣ ਜ਼ਰੂਰ ਹੋਣੇ ਚਾਹੀਦੇ
ਕੁਝ ਜਗਿਆਸੂ ਨਵੇਂ ਹੁੰਦੇ ਨੇ, ਸੰਗਤ ਥੋੜੀ ਨਵੀਂ ਹੁੰਦੀ ਹੈ, ਥੋੜਾ ਜਿਹਾ ਪਿੱਛੋਂ ਦਾਸ ਲੈ ਰਿਹਾ। ਪਹਿਲਾ ਗੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਹਉ ਤਿਸ ਭੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਦੂਜਾ ਗੁਣ, ਹਉ ਤਿਸ ਭੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਏ। ਤੀਜਾ ਗੁਣ ਕਹਿੰਦੇ, ਹਉ ਤਿਸ ਭੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਏ। ਚੌਥਾ ਗੁਣ ਕਹਿੰਦੇ, ਹਉ ਤਿਸ ਭੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਪੰਜਵਾਂ ਗੁਣ, ਹਉ ਤਿਸ ਭੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ। ਤੇ ਹੁਣ ਅੱਜ ਵਾਰੀ ਹੈ ਛੇਵੇਂ ਗੁਣ, ਹਉ ਤਿਸ ਭੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਥੋੜਾ ਹੀ। ਪੰਜ ਗੁਣਾਂ ਦੀ ਵਿਚਾਰ ਬਾਬਾ ਜੀ ਨੇ, ਸਤਿਗੁਰ ਜੀ ਨੇ ਪੰਜ ਦੀਵਾਨਾਂ ਦੇ ਵਿੱਚ ਸੇਵਾ ਲਈ। ਅੱਜ ਛੇਵੇਂ ਗੁਣ ਦੀ ਵਿਚਾਰ ਸਤਿਗੁਰ ਜੀ ਆਪ ਸਿਰ ਤੇ ਹੱਥ ਰੱਖ ਕੇ ਆਪ ਵਿਚਾਰਾਂ ਦੀ ਸੇਵਾ ਲੈਣ। ਜਿਹੜੇ ਉੱਪਰਲੇ ਪੰਜ ਗੁਣ ਨੇ, ਇਹ ਤਾਂ ਸਾਧ ਸੰਗਤ ਸਿੱਧਾ ਸਿੱਧਾ ਮਤਲਬ ਇੱਕ ਗੁਣ ਨੂੰ ਪ੍ਰਗਟ ਕਰਦੇ ਪਏ ਨੇ, ਔਰ ਜਿਹਦੇ ਨਾਲ ਗੁਰਮਤ ਅਟੈਚ ਹੈ। ਗੁਰਮਤ ਅਟੈਚ, ਗੁਰਮਤ ਹਿਰਦੈ ਗਰੀਬੀ ਆਵੇ, ਗੁਰਮਤ ਅਟੈਚ ਹੈ, ਗੁਰਮਤ ਥੌਟ ਅਟੈਚ ਹੈ। ਪਰ ਨਾਰੀ ਦੇ ਨੇੜ ਨਾ ਜਾਵੇ, ਗੁਰਮਤ ਥੌਟ ਅਟੈਚ ਹੈ, ਗੁਰਮਤ ਦੀ ਸੋਚ ਅਟੈਚ ਹੈ ਨਾ ਜੀ ਇਹਦੇ ਨਾਲ। ਪਰ ਦਰਬੈ ਨੂੰ ਹੱਥ ਨਾ ਲਾਵੇ, ਪਰ ਨਿੰਦਾ ਸੁਣ ਆਪ ਹਟਾਵੇ, ਸਤਿਗੁਰ ਦਾ ਉਪਦੇਸ਼ ਕਮਾਵੇ। ਮਤਲਬ ਇੱਥੋਂ ਕਲੀਅਰ ਹੋ ਜਾਂਦਾ ਕਿ ਇਹ ਗੁਰਮਤ ਦਾ ਟੱਚ। ਪਰ ਜਿਹੜਾ ਹੁਣ ਆਹ ਗੁਣ ਦੀ ਗੱਲ ਕੀਤੀ ਹੈ, ਇੱਥੇ ਆ ਕੇ ਇੱਕ ਬੰਦਾ ਥੋੜਾ ਜਿਹਾ ਸੋਚੀ ਪੈ ਜਾਂਦਾ ਕਿ ਥੋੜਾ ਸਵੈ ਥੋੜਾ ਹੀ ਖਾਵੇ। ਹੁਣ ਕਈਆਂ ਦੀ ਨੀਂਦ ਕੁਦਰਤੀ ਬੜੀ ਘੱਟ ਹੁੰਦੀ ਹੈ, ਕਈਆਂ ਦੀ ਭੁੱਖ ਕੁਦਰਤੀ ਬੜੀ ਘੱਟ ਹੁੰਦੀ, ਕਈ ਖਾਂਦੇ ਬਹੁਤ ਘੱਟ ਨੇ ਤੇ ਕਈ ਸੁਣਦੇ ਬਹੁਤ ਘੱਟ ਨੇ। ਹੁਣ ਇੱਕ ਬੰਦਾ ਕਹੇ ਜੀ, ਹੁਣ ਜਿਹੜਾ ਕੁਦਰਤੀ ਖਾਂਦਾ ਘੱਟ ਹੈ, ਕੁਦਰਤੀ ਸੌਂਦਾ ਘੱਟ ਹੈ, ਤੇ ਭਾਈ ਗੁਰਦਾਸ ਜੀ ਉਹਦੇ ਤੋਂ ਘੋਲੀ ਘੋਲੀ ਜਾ ਰਿਹਾ, ਵਾਰੀ ਵਾਰੀ ਜਾ ਰਿਹਾ। ਹੁਣ ਉਹ ਸੌਂਦਾ ਘੱਟ ਹੈ ਪਰ ਆਪਣਾ ਸਾਰਾ ਸਮਾਂ ਕਲਯੁਗ ਨੂੰ ਦੇ ਰਿਹਾ, ਹਾਂਜੀ ਸਮਾਂ ਵੇਸਟ ਕਰ ਰਿਹਾ, ਵੜਿਆ ਹੋਇਆ ਵਟਸਐਪ ਦੇ ਵਿੱਚ, ਯੂਟਿਊਬ ਦੇ ਵਿੱਚ, ਫੇਸਬੁੱਕ ਦੇ ਵਿੱਚ, ਜਾਂ ਖਾਲੀ ਕੰਮ, ਤੰਦਾ ਤੰਦਾ ਤੰਦਾ, ਪਰ ਨੀਂਦ ਘੱਟ, ਹੁਣ ਉਹਦੀ ਭੁੱਖ ਵੀ ਘੱਟ। ਪੂਰੇ ਦਿਨ 'ਚ ਇੱਕ ਵਾਰੀ ਮਿਲ ਗਿਆ, ਨਹੀਂ ਤਾਂ ਚੱਲ ਕੋਈ ਗੱਲ ਨਹੀਂ, ਨਸ਼ਾ ਚੜਿਆ ਮਾਇਆ ਕਮਾਉਣ ਦਾ, ਹੁਣ ਭੁੱਖ ਵੀ ਘੱਟ। ਅਤੇ ਕੀ ਭਾਈ ਗੁਰਦਾਸ ਜੀ ਉਹਦੇ ਤੋਂ ਘੋਲੀ ਘੋਲੀ ਜਾ ਰਹੇ ਨਹੀਂ ਸਮਝਣ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਹਉ ਤਿਸ ਭੋਲ ਘੁਮਾਇਆ ਥੋੜਾ ਸਵੈ ਥੋੜਾ ਹੀ। ਉਹਦਾ ਥੋੜਾ ਸੋਨਾ ਬਹੁਤੀ ਭਗਤੀ ਵਾਸਤੇ ਹੋਵੇ, ਆਹ ਸਤਨਾਮ ਉਹਦਾ ਥੋੜਾ ਸੋਨਾ ਬਹੁਤੀ ਭਗਤੀ ਵਾਸਤੇ ਹੋਵੇ, ਉਹਦਾ ਥੋੜਾ ਖਾਣਾ ਸਾਵਧਾਨਤਾ ਵਾਸਤੇ ਹੋਵੇ, ਸਾਵਧਾਨ ਵਾਸਤੇ।
ਤੁਸੀਂ ਜ਼ਿਆਦਾ ਖਾ ਲਓਗੇ ਨਾ, ਜ਼ਿਆਦਾ ਖਾ ਲਓ। ਰੋਟੀ ਵਿੱਚ ਵੀ ਮਾੜਾ ਮਾੜਾ ਨਸ਼ਾ ਆਉਂਦਾ। ਹੁਣ ਬੰਦਾ ਕਹਿੰਦਾ ਜੀ ਰੋਟੀ ਖਾ ਲਈ ਹੈ, ਚਲੋ ਹੁਣ ਸੋਈਏ। ਦੁਪਹਿਰੇ ਬੰਦਾ ਸੋਂਦਾ, ਰੋਟੀ ਖਾ ਕੇ ਸੋਂਦਾ। ਜ਼ਿਆਦਾ ਖਾ ਲਵੇ ਤੇ ਫਿਰ ਉਹ ਖੁਮਾਰੀ ਚੜ ਜਾਂਦੀ। ਉਹ ਤੁਸੀਂ ਕਦੇ ਦੇਖੋ ਜਿਹੜੇ ਰਾਤ ਗੱਡੀਆਂ ਚਲਾਉਂਦੇ ਨੇ ਡਰਾਈਵਰ, ਉਹ ਰਾਤ ਰੋਟੀ ਨਹੀਂ ਖਾਂਦੇ, ਉਹ ਚਾਹ ਪੀਣਗੇ ਜ਼ਿਆਦਾ, ਕਿ ਅੱਖਾਂ ਖੁੱਲੀਆਂ ਨੇ, ਰੋਟੀ ਨਹੀਂ ਖਾਂਦੇ। ਕਿਤੇ ਪਹੁੰਚ ਕੇ ਫਿਰ ਰੋਟੀ ਖਾਂਦੇ, ਲਿਆ ਬਈ ਹੁਣ ਰੋਟੀ ਦਿਓ, ਰੋਟੀ ਖਾ ਕੇ ਹੁਣ ਸੋਈਏ, ਰੋਟੀ ਖਾ ਕੇ ਸੋਈਏ, ਏਦਾਂ ਕੰਮ ਹੁੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਬਈ ਜਿਹਦਾ ਥੋੜਾ ਖਾਣਾ ਸਾਵਧਾਨਤਾ ਵਾਸਤੇ ਹੈ, ਕਿ ਸਾਵਧਾਨ ਰਹਿ ਕੇ ਮੈਂ ਭਗਤੀ ਕਰਨੀ, ਜਿਹਦਾ ਥੋੜਾ ਸੋਣਾ ਭਗਤੀ ਜ਼ਿਆਦਾ ਕਮਾਉਣ ਵਾਸਤੇ, ਕਹਿੰਦੇ ਉਹਦੇ ਤੋਂ ਮੈਂ ਕੋਲੀ ਕੋਲੀ ਜਾਂਦਾ। ਆਖੋ ਸਤਨਾਮ, ਉਹਦੇ ਤੋਂ ਕੋਲੀ ਕੋਲੀ ਹਾਂ, ਤੇ ਸਕੂਲ ਘੁਮਾਇਆ, ਥੋੜਾ ਸਵੈ ਥੋੜਾ ਹੀ ਖਾਵੇ। ਹੁਣ ਇਸ ਬਾਬਤ ਸਾਧ ਥੋੜਾ ਜਿਹਾ ਦਾਸ ਵਿਸ਼ਾ ਖੋਲਣਾ ਚਾਹੁੰਦਾ। ਮੇਰ ਸਤਿਗੁਰ ਜੀ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ ਕਰਮਾਂ ਵਾਲਿਓ, ਅੱਜ ਵਿਚਾਰ ਕਰੀਏ ਕਿ ਥੋੜੇ ਸੋਨੇ ਦੇ ਵਿੱਚ ਤੇ ਥੋੜੇ ਖਾਣੇ ਦੇ ਵਿੱਚ ਕਿੱਦਾਂ ਦੀਆਂ ਬਰਕਤਾਂ ਨੇ। ਤੇ ਜੇ ਮੇਰਾ ਸੋਨਾ ਜ਼ਿਆਦਾ ਹੈ ਤੇ ਮੇਰਾ ਖਾਣਾ ਜ਼ਿਆਦਾ ਹੈ ਤੇ ਮੈਂ ਇਹ ਪੌੜੀ ਕਿਵੇਂ ਚੜਾਂ? ਆਖੋ ਸਤਨਾਮ। ਸਤਿਗੁਰ ਕਿਰਪਾ ਕਰਨ, ਸਿਰ ਤੇ ਹੱਥ ਰੱਖ ਸੇਵਾ ਲੈਣ। ਆਓ ਪਹਿਲੇ ਪੰਗਤੀਆਂ ਪੜ ਲਈਏ, ਸਾਰੇ ਕਿਰਪਾ ਕਰਿਓ ਜੀ, ਬੋਲਿਓ। ਹਾਂ ਤਿਸ ਕੋਲ ਕੁਮਾਇਆ, ਥੋੜਾ ਸਵੈ ਥੋੜਾ ਹੀ ਖਾਵੇ। ਹਾਂ ਤਿਸ ਕੋਲ ਕੁਮਾਇਆ, ਥੋੜਾ ਸਵੈ ਥੋੜਾ ਹੀ ਖਾਵੇ। ਹਾਂ ਤਿਸ ਕੋਲ ਕੁਮਾਇਆ, ਥੋੜਾ ਸਵੈ ਥੋੜਾ ਹੀ ਖਾਵੇ। ਥੋੜਾ ਹੀ ਖਾਵੇ, ਥੋੜਾ ਸਵੈ 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 ਥੋੜਾ ਹੀ ਖਾਵੇ। ਹਾਂ ਤਿਸ ਕੋਲ ਕੁਮਾਇਆ, ਥੋੜਾ ਸਵੈ ਥੋੜਾ ਹੀ ਖਾਵੇ। ਕੋਲ ਕੁਮਾਇਆ, ਥੋੜਾ ਸਵੈ ਥੋੜਾ ਹੀ ਖਾਵੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਹਿਜੇ ਜਾਗੇ ਸਹਿਜੇ ਸੋਵੇ ਸਹਿਜੇ ਜਾਗੇ ਜਾਗੇ ਸਹਿਜੇ ਸੋਏ ਸਹਿਜੇ ਜਾਗੇ ਸਹਿਜੇ ਸੋਏ ਗੁਰਮੁਖ ਅੰਦਿਨ ਉਸਤਤ ਹੋਵੇ ਗੁਰਮੁਖ ਅੰਦਿਨ ਉਸਤਤ ਹੋਵੇ ਗੁਰਮੁਖ ਅੰਦਿਨ ਉਸਤਤ ਹੋਵੇ ਗੁਰਮੁਖ ਅੰਦਿਨ ਹੋਵੇ ਗੁਰਮੁਖ ਅੰਦਿਨ ਉਸਤਤ ਹੋਵੇ ਗੁਰਮੁਖ ਅੰਦਿਨ ਉਸਤਤ ਹੋਵੇ ਸਹਿਜੇ ਜਾਗੇ ਸਹਿਜੇ ਸੋਵੇ ਸਹਿਜੇ ਜਾਗੇ ਸਹਿਜ ਜਾਗਣ ਵਾਸਤੇ ਸਹਿਜ ਸੋਣਾ ਪਏਗਾ ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਇਹ ਕਹਾਵਤ ਅੱਜ ਸਾਡਾ ਅੰਮ੍ਰਿਤ ਵੇਲਾ ਸਾਧ ਖਰਾਬ ਹੋ ਗਿਆ ਅੱਜ ਸਾਡਾ ਅੰਮ੍ਰਿਤ ਵੇਲੇ ਉੱਠਣਾ ਖਰਾਬ ਹੋ ਗਿਆ ਕਿਉਂ ਕਿਉਂਕਿ ਸਾਡਾ ਸੋਣਾ ਖਰਾਬ ਹੋ ਗਿਆ ਸਾਡਾ ਸੋਣਾ ਖਰਾਬ ਰਾਤ ਇੱਕ ਇੱਕ ਵਜੇ ਬੰਦਾ ਸੋਏਗਾ ਕਿੱਥੋਂ ਅੰਮ੍ਰਿਤ ਵੇਲੇ ਉੱਠੇਗਾ ਜੀ ਕੋਈ ਸਹਿਜੇ ਸੋਣਾ ਰਹਿ ਗਿਆ ਸਾਡਾ ਹਉ ਤਿਸ ਘੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੇ ਅੱਜ ਪਹਿਲੇ ਸਾਧ ਦੋ ਚੀਜ਼ਾਂ ਆਈਆਂ ਨੇ ਨਾ ਸੋਵੇ ਤੇ ਖਾਵੇ ਥੋੜਾ ਜਿਹਾ ਪਹਿਲੇ ਸੋਵੇ ਦੇ ਉੱਪਰ ਲਾਵਾਂਗੇ ਫਿਰ ਥੋੜਾ ਸਮਾਂ ਖਾਵੇ ਦੇ ਉੱਪਰ ਥੋੜਾ ਸੋਵੇ ਪਰ ਉਸ ਸੋਵੇ ਦੇ ਵਿੱਚ ਸਾਧ ਸੰਗਤ ਚੈਨ ਹੋਵੇ ਚੈਨ ਬੇਚੈਨੀ ਵਿੱਚ ਨਾ ਸੋਵੇ ਆਖੋ ਸਤਨਾਮ ਥੋੜਾ ਸੋਵੇ ਪਰ ਅੱਛਾ ਸੋਵੇ ਥੋੜਾ ਸੋਵੇ ਵਧੀਆ ਸੋਵੇ ਹੁਣ ਯਕੀਨ ਜਾਣਿਓ ਰਾਤ ਜਦੋਂ ਪੈਂਦੇ ਆ ਬਾਰਾਂ ਸਾਢੇ ਬਾਰਾਂ ਇੱਕ ਵਜੇ ਬਹੁਤ ਕਿਸੇ ਤੇ ਕਿਰਪਾ ਹੈ ਤੇ ਉਹ ਢਾਈ ਤਿੰਨ ਵਜੇ ਜਾਗ ਜਾਂਦੇ ਜਾਗ ਜਾਂਦਾ ਨਹੀਂ ਤਾਂ ਆਮ ਤੌਰ ਤੇ ਬੰਦਿਆਂ ਨੂੰ ਪੁੱਛੋ ਜੀ ਅੰਮ੍ਰਿਤ ਵੇਲੇ ਜਾਗੇ ਸੀ ਜੀ ਨਹੀਂ ਕਿਉਂ ਰਾਤੀ ਸੌਂਦਿਆਂ ਸੌਂਦਿਆਂ ਨੂੰ ਬਹੁਤ ਲੇਟ ਹੋ ਗਏ ਜੀ ਮਹਾਰਾਜ ਕਹਿੰਦੇ ਸਹਿਜੇ ਜਾਗ ਸਹਿਜੇ ਜਾਗਣ ਵਾਸਤੇ ਤੈਨੂੰ ਕੀ ਕਰਨਾ ਪਏਗਾ ਸਹਿਜੇ ਸੋਣਾ ਪਏਗਾ ਅੱਜ ਆਪਣਾ ਸੋਣਾ ਸਵਾਰੀਏ ਜੀ ਸੌਣ ਨੂੰ ਸੰਭਾਲੀਏ ਅੱਧੀ ਅੱਧੀ ਰਾਤ ਬੈਠੇ ਰਹਿੰਦੇ ਆ ਮੋਬਾਈਲਾਂ ਖੋਲ ਕੇ
ਅੱਧੀ ਅੱਧੀ ਰਾਤ ਟੀਵੀ ਦੇ ਅੱਗੇ ਬੈਠੇ ਆ, ਇੰਟਰਨੈਟ ਖੋਲ ਕੇ ਬੈਠੇ, ਕਿਉਂ? ਇੰਨਾ ਤਾਂ ਜ਼ਰੂਰੀ ਨਹੀਂ ਹੈ ਕਿ ਉਹਦੇ ਪਿੱਛੇ ਅੰਮ੍ਰਿਤ ਵੇਲਾ ਖਰਾਬ ਕਰਦੀ, ਇੰਨਾ ਜ਼ਰੂਰੀ ਨਹੀਂ। ਪਿਛਲੇ ਦਿਨਾਂ ਚ ਦਾਸ ਨੇ ਇੱਕ ਗੱਲ ਸਾਂਝੀ ਕੀਤੀ ਸੀ, ਕੋਈ ਚੀਜ਼ ਜਾਂ ਕੋਈ ਸ਼ੈ ਇੰਨੀ ਕੀਮਤੀ ਨਹੀਂ ਕਿ ਅੰਮ੍ਰਿਤ ਵੇਲੇ ਤੋਂ ਵਾਰ ਦਿੱਤੀ ਜਾਵੇ। ਆਖੋ ਸਤਨਾਮ। ਕੋਈ ਚੀਜ਼ ਜਾਂ ਕੋਈ ਸ਼ੈ ਇੰਨੀ ਕੀਮਤੀ ਨਹੀਂ ਕਿ ਅੰਮ੍ਰਿਤ ਵੇਲੇ ਤੋਂ ਵਾਰਤੀ ਜਾਵੇ। ਹਾਂ, ਅੰਮ੍ਰਿਤ ਵੇਲਾ ਸੰਭਾਲਣ ਲਈ ਹਰ ਇੱਕ ਚੀਜ਼ ਵਾਰ ਦਿੱਤੀ ਜਾਵੇ, ਹਰ ਇੱਕ ਸਮਾਂ ਵਾਰ ਦਿੱਤਾ ਜਾਵੇ। ਤੁਸੀਂ ਅੰਮ੍ਰਿਤ ਵੇਲਾ ਸੰਭਾਲਣਾ ਤੇ ਇਸ ਲਈ ਰਾਤੀ ਜਲਦੀ ਸੋਣਾ, ਤੁਸੀਂ ਅੰਮ੍ਰਿਤ ਵੇਲਾ ਸੰਭਾਲਣਾ ਤੇ ਇਸ ਲਈ ਰਾਤੀ ਇੰਟਰਨੈਟ ਤੋਂ ਪਾਸੇ ਕਿਨਾਰਾ ਕਰਨਾ, ਤੁਸੀਂ ਅੰਮ੍ਰਿਤ ਵੇਲਾ ਸੰਭਾਲਣਾ ਤੇ ਰਾਤੀ ਵਟਸਐਪ ਤੋਂ ਬਾਹਰ ਆ ਜਾਣਾ, ਤੁਸੀਂ ਅੰਮ੍ਰਿਤ ਵੇਲਾ ਸੰਭਾਲਣਾ ਤੇ ਫੇਸਬੁੱਕ ਟਵਿੱਟਰ ਤੋਂ ਬਾਹਰ ਆ ਜਾਣਾ। ਇਹਨਾਂ ਚੀਜ਼ਾਂ ਨੂੰ ਅੰਮ੍ਰਿਤ ਵੇਲੇ ਤੋਂ ਵਾਰ ਦਿਓ, ਇਹਨਾਂ ਚੀਜ਼ਾਂ ਨੂੰ ਅੰਮ੍ਰਿਤ ਵੇਲੇ ਤੋਂ ਵਾਰ ਦਿਓ, ਨਾ ਕਿ ਅੰਮ੍ਰਿਤ ਵੇਲੇ ਨੂੰ ਇਹਨਾਂ ਚੀਜ਼ਾਂ ਤੋਂ ਵਾਰੋ। ਬਿਲਕੁਲ ਨਹੀਂ ਸਤਸੰਗਤ, ਯਕੀਨ ਜਾਣਨਾ ਇਹ ਗੁਣ ਬਹੁਤ ਚੰਗਾ। ਥੋੜਾ ਸੁਣ। ਅੱਛਾ, ਕਿਸੇ ਨੂੰ ਕੁਦਰਤੀ ਘੱਟ ਨੀਂਦ ਮਿਲੀ ਹੁੰਦੀ ਹੈ ਪਰਮੇਸ਼ਰ ਵੱਲੋਂ ਹੀ, ਉਹ ਸੌਂਦਾ ਹੀ ਘੱਟ। ਕਈਆਂ ਦੀ ਆਦਤ ਹੁੰਦੀ ਹੈ ਦੋ ਢਾਈ ਤਿੰਨ ਘੰਟੇ ਬਸ ਸੋਣਾ ਤੇ ਉਹਦੇ ਵਿੱਚ ਨੀਂਦ ਪੂਰੀ ਹੋ ਜਾਣੀ, ਇਹ ਬੜੀ ਕਿਰਪਾ ਹੁੰਦੀ। ਹੁਣ ਅਗਰ ਪਰਮੇਸ਼ਰ ਨੇ ਤੁਹਾਨੂੰ ਘੱਟ ਨੀਂਦ ਦਿੱਤੀ ਹੈ ਨਾ, ਇੱਕ ਆਮ ਬੰਦਾ 7 ਘੰਟੇ ਦੀ ਨੀਂਦ ਲੈਂਦਾ ਤੇ ਇੱਕ ਦੂਜੇ ਬੰਦੇ ਦੀ ਨੀਂਦ 2.5-3 ਘੰਟੇ 'ਚ ਪੂਰੀ ਹੋ ਗਈ ਤੇ ਬਾਕੀ ਜਿਹੜਾ ਬਚਦਾ ਸਮਾਂ ਹੈ ਉਹ ਕੀ ਕਰਦਾ? ਕਦੇ ਗੌਰ ਕਰ ਲਏ ਉਹ ਕੀ ਕਰਦਾ? ਕਦੇ ਵਿਹਲਾ ਬੈਠੇਗਾ, ਗੱਪਾਂ ਮਾਰੇਗਾ, ਕਦੇ ਕਿਵੇਂ ਕਦੇ ਕਿਵੇਂ, ਕਦੇ ਕੋਈ ਕੰਮ ਕਦੇ ਕੋਈ ਕੰਮ। ਜੇ ਪਰਮੇਸ਼ਰ ਨੇ ਤੈਨੂੰ ਆਪਣੇ ਖਾਤੇ ਚੋਂ ਬਖਸ਼ਿਸ਼ ਇਹ ਕੀਤੀ ਹੈ ਕਿ ਘੱਟ ਨੀਂਦ ਦਿੱਤੀ ਹੈ ਨਾ, ਤੇ ਘੱਟ ਨੀਂਦ ਦਾ ਫਾਇਦਾ ਜੱਗ ਕਿ ਵੱਧ ਭਗਤੀ ਕਰ। ਆਖੋ ਸਤਨਾਮ। ਵੱਧ ਭਗਤੀ ਕਰ। 4-5 ਸਰੀਰ ਦੋਸਤ ਯਾਰ ਘੁੰਮਣ ਲਈ ਗਏ, ਕਿਤੇ ਘੁੰਮਣ ਲਈ ਗਏ, ਰਾਤ ਪਈ, ਹੁਣ ਘੂਕ ਸਾਰੇ ਸੁੱਤੇ ਹੋਏ, ਕੋਈ 8 ਘੰਟੇ ਸੌਂਦਾ, ਕੋਈ 7 ਘੰਟੇ ਸੌਂਦਾ। ਔਰ ਵੈਸੇ ਵੀ ਜਦੋਂ ਬੰਦਾ ਬਾਹਰ ਜਾਂਦਾ ਇੱਕ ਆਜ਼ਾਦ ਮੂਡ ਦੇ ਵਿੱਚ ਜਾਂਦਾ, ਫਰੈਸ਼ ਹੋਣ ਲਈ ਜਾਂਦਾ ਨਾ, ਬੰਦਾ ਕਹਿੰਦਾ ਜੀ ਖੁੱਲ ਕੇ ਸੋ, ਆਰਾਮ ਕਰ, ਆਰਾਮ ਕਰਨੀ ਹੈ। ਹੁਣ ਕੋਈ 7 ਘੰਟੇ ਸੋ ਰਿਹਾ, ਕੋਈ 8, ਕੋਈ 9, ਉਹਦੇ ਵਿੱਚ ਇੱਕ ਬੰਦਾ ਜਿਹੜਾ ਉਹਨਾਂ ਮਿੱਤਰਾਂ ਵਿੱਚੋਂ ਇੱਕ ਬੰਦਾ, ਉਹਦੀ ਨੀਂਦ ਹੈ ਹੀ 2.5-3-4 ਘੰਟੇ, ਉਹ 4 ਘੰਟੇ ਤੋਂ ਉੱਪਰ ਸੋ ਹੀ ਨਹੀਂ ਸਕਦਾ। ਹੁਣ ਉਹ ਜਦੋਂ 2.5-3-3 ਘੰਟੇ 3.5-4 ਘੰਟੇ ਹੋ ਗਏ, ਉਹ ਪਾਸੇ ਮਾਰੀ ਜਾਂਦਾ, ਇੱਧਰ ਉੱਧਰ ਉੱਧਰ ਉੱਠ ਕੇ ਬਹਿ ਗਿਆ, ਇੱਧਰ ਦੇਖਦਾ ਯਾਰ ਆ ਵੀ ਸੁੱਤਾ ਪਿਆ, ਉੱਧਰ ਦੇਖਦਾ ਉਹ ਵੀ ਸੁੱਤਾ ਪਿਆ, ਕੁੰਭਕਰਨ ਦੀ ਨੀਂਦ ਸਾਰੇ ਸੁੱਤੇ ਹੋਏ, ਉਹ ਵੀ ਸੁੱਤਾ। ਹੁਣ ਇਹ ਇਕੱਲਾ ਅੱਖਾਂ ਜੀਆਂ ਖੋਲ੍ਹ ਕੇ ਬਟੇਰ ਵਾਂਗ ਬੈਠਾ ਹੋਇਆ, ਇਹ ਵੀ ਸੁੱਤਾ, ਉਹ ਵੀ ਸੁੱਤਾ, ਉਹ ਵੀ ਸੁੱਤਾ, ਫਿਰ ਕੀ ਕਰਦਾ? ਚੱਲ ਯਾਰ ਹੁਣ ਸਾਰੇ ਸੁੱਤੇ ਪਏ, ਮੈਂ ਕਿਉਂ ਸੋ ਜਾ। ਨੀਂਦ ਆਈ ਨਹੀਂ ਪਰ ਪਾਸੇ ਮਾਰੀ ਜਾਂਦਾ, ਇੱਧਰ ਇੱਧਰ ਇੱਧਰ, ਤੇ ਸਵੇਰੇ ਉੱਠ ਕੇ ਪਤਾ ਕੀ ਕਹਿੰਦਾ?
ਕਹਿੰਦਾ ਯਾਰ ਚੰਗੇ ਬੰਦੇ ਮੈਂ ਇੰਨੇ ਵਜੇ ਦਾ ਉੱਠਿਆ ਹੋਇਆ ਤੇ ਸਾਰੇ ਕਹਿੰਦੇ ਵੀ ਕੀ ਕਰਦੇ ਨੇ ਕੀ ਕਰਨਾ ਜੀ ਏਦਾਂ ਹੀ ਵਿਹਲਾ ਹੀ ਬੈਠਾ ਰਿਹਾ ਏਦਾਂ ਹੀ ਹੁੰਦਾ ਨਾ ਵਿਹਲਾ ਹੀ ਬੈਠਾ ਏਦਾਂ ਹੀ ਲੇਟਿਆ ਰਿਹਾ ਕਦੇ ਇੱਧਰ ਪਾਸੇ ਮਾਰ ਕਦੇ ਇੱਧਰ ਪਾਸੇ ਮਾਰ ਘੱਟ ਨੀਂਦ ਦਾ ਗੁਣ ਸੀ ਪਰ ਸਮਾਂ ਬਰਬਾਦ ਕਰ ਦਿੱਤਾ ਹੁਣ ਹੁੰਦਾ ਕੀ ਵੀ ਇੱਧਰ ਇਹ ਪਲਸੱਡੀਆਂ ਮਾਰ ਰਿਹਾ ਉੱਧਰ ਉਹ ਪਲਸੱਡੀਆਂ ਸੁੱਤਾ ਪਿਆ ਉਹ ਸੁੱਤਾ ਪਿਆ ਹੁਣ ਇਹਨੂੰ ਨੀਂਦ ਆ ਨੀਂਦ ਇਹਨੂੰ ਨੀਂਦ ਇਹਦੀ ਨੀਂਦ ਪੂਰੀ ਹੋ ਗਈ ਚਾਰ ਘੰਟਿਆਂ 'ਚ ਹੁਣ ਚਾਰ ਘੰਟੇ ਬਾਅਦ ਇਹ ਸੌਣ ਦੀ ਕੋਸ਼ਿਸ਼ ਕਰਦਾ ਤਾਂ ਵੀ ਨੀਂਦ ਨਹੀਂ ਆਉਂਦੀ ਪਾਸੇ ਮਾਰੀ ਜਾਂਦਾ ਇੱਧਰ 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 ਪਾਸੇ ਮਾਰੀ ਹੁਣ ਕੀ ਹੋਇਆ ਇੱਕਦਮ ਧੜਕ 'ਚ ਕਰਦਾ ਉੱਠਿਆ ਕਿ ਮਨਾ ਚੱਲ ਜਦ ਤੱਕ ਇਹ ਉੱਠਦੇ ਨੇ ਢਾਈ ਤਿੰਨ ਘੰਟੇ ਇਹ ਹਲੇ ਸੌਣਗੇ ਚੱਲ ਇੰਨੇ ਨੂੰ ਦਸ ਜਪਜੀ ਸਾਹਿਬ ਕਰ ਲਵਾਂ ਆਖੋ ਸਤਨਾਮ ਚੱਲ ਇੰਨੇ ਨੂੰ ਇਹਦੀਆਂ ਮਾਲਾ ਮੂਲ ਮੰਤਰ ਦੀਆਂ ਫੇਰ ਲਓ ਚੱਲ ਦੋ ਸੁਖਮਨੀ ਸਾਹਿਬ ਦੇ ਪਾਠ ਕਰ ਲਓ ਹੈਂਜੀ ਉਹ ਜਿਹੜਾ ਸਮਾਂ ਹੁਣ ਸਾਰੇ ਸੁੱਤੇ ਪਏ ਨੇ ਉਹ ਬੰਦੇ ਨੂੰ ਗੁਣ ਮਿਲਿਆ ਸੀ ਘੱਟ ਸੌਣ ਦਾ ਹੁਣ ਉਹ ਕੀ ਕਰੇ ਕੁਝ ਵੀ ਨਹੀਂ ਕਰ ਸਕਦਾ ਉਸ ਸਮੇਂ 'ਚ ਕੁਝ ਵੀ ਨਹੀਂ ਕਰ ਸਕਦਾ ਹੁਣ ਉਸ ਸਮੇਂ ਨੂੰ ਫਿਰ ਸਫਲਾ ਕਰ ਦੇਵੇ ਉਹ ਢਾਈ ਤਿੰਨ ਘੰਟੇ ਕਰੇ ਨਾ ਜਾਪ ਕਰੇ ਨਾ ਹੁਣ ਉਹਦਾ ਘੱਟ ਸੋਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮੈਂ ਘੋਲੀ ਘੋਲੀ ਜਾ ਮੈਂ ਘੋਲੀ ਘੋਲੀ ਜਾਵਾਂ ਜੇ ਤੈਨੂੰ ਘੱਟ ਸੋਣ ਦਾ ਗੁਣ ਪਰਮਾਤਮਾ ਨੇ ਦਿੱਤਾ ਸੀ ਉਹ ਤੂੰ ਸਫਲਾ ਕੀਤਾ ਵੱਧ ਜਪ ਵੱਧ ਜਪ ਥੋੜਾ ਸੋਣਾ ਅਗਰ ਕਿਸੇ ਦੇ ਨਸੀਬ 'ਚ ਹੈ ਲਿਖਦਾ ਰੱਬ ਨੇ ਔਰ ਥੋੜੇ ਸੋਨੇ ਵਿੱਚ ਹੀ ਪੂਰੀ ਹੋ ਜਾਂਦੀ ਨੀਂਦ ਯੂਜ਼ ਕਰਿਆ ਕਰੋ ਘਰ ਦੇ ਸਾਰੇ ਜੀ ਸੁੱਤੇ ਹੋਏ ਨੇ ਹੁਣ ਤੁਹਾਡੀ ਨੀਂਦ ਪੂਰੀ ਹੋ ਗਈ ਕੀ ਕਰੋਗੇ ਕੀ ਕਰੋਗੇ ਫਿਰ ਲਾਓ ਚੌਂਕੜੇ ਸਮਾਧੀਆਂ ਲਾਓ ਫਿਰ ਜਪੋ ਵਾਹਿਗੁਰੂ 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 ਪਿਆਰੇ ਬੋਲ ਮੇਰੇ ਸਾਹਿਬ ਨੇ ਰੱਖੇ ਨੇ ਕਹਿੰਦੇ ਸਹਿਜੇ ਜਾਗੈ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਪੰਕਤੀਆਂ ਨੇ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਅੰਨ ਉਸਤਤ ਹੋ ਸਹਿਜ ਵਿੱਚ ਜਾਗਣ ਵਾਸਤੇ ਸਹਿਜ ਸੋਣਾ ਪਿਆ ਫਿਰ ਮੇਰੇ ਸਾਹਿਬ ਅੱਗੇ ਕਹਿੰਦੇ ਨੇ ਕਹਿੰਦੇ ਮਨ ਮੁਖ ਭਰਮੈ ਸਹਿ ਸਾਖੋ ਅੰਤਰ ਚਿੰਤਾ ਨੀਂਦ ਨਾ ਸੋਵੇ ਜਿਹੜਾ ਮਨ ਮੁਖ ਹਮੇਸ਼ਾ ਭਰਮ ਦੇ ਵਿੱਚ ਸਹਿਸੇ ਦੇ ਵਿੱਚ ਉਹ ਸੋਵੇ ਤੇ ਕਹਿੰਦੇ ਉਹਦੀ ਨੀਂਦ ਕੈਸੀ ਹੈ ਚਿੰਤਾ ਦੇ ਵਿੱਚ ਅੰਤਰ ਚਿੰਤਾ ਨੀਂਦ ਨਾ ਸੋਵੇ ਉਹ ਚੈਨ ਦੀ ਨੀਂਦ ਨਹੀਂ ਸੋਵੇ ਕਿਉਂਕਿ ਭਗਤੀ ਨਹੀਂ
ਭਗਤੀ ਨੇ ਤੁਹਾਡੀ ਜਾਗ ਖੁੱਲੀ, ਤੁਸੀਂ ਵੇਖਿਆ ਮੇਰੀ ਇਬਾਦਤ ਦਾ ਸਮਾਂ, ਭਗਤੀ ਕੀਤੀ, ਫਿਰ ਸੋ ਗਏ। ਅਗੋ ਸਤਨਾਮ, ਕੋਈ ਫਰਕ ਨਹੀਂ ਪੈਂਦਾ, ਸਗੋਂ ਉਹ ਜਿਹੜੀ ਨੀਂਦ ਆਏਗੀ ਬੜੀ ਪਿਆਰੀ ਨੀਂਦ ਆਏਗੀ। ਜੇ ਆਖੋ ਸਤਨਾਮ, ਬੜੀ ਪਿਆਰੀ ਨੀਂਦ ਆਏਗੀ। ਤੇ ਜੇ ਨਾਮ ਵਿਸਾਰ ਕੇ ਸੋਇਆ, ਪਾਤਸ਼ਾਹ ਕਹਿੰਦੇ ਗਾਫਲ ਗੈਲਿਆ ਕਿਉਂ ਸੋਵੈ ਨਾਮ ਵਿਸਾਰ। ਉਹ ਜਿਹੜੀ ਨੀਂਦ ਜਿਹੜੀ ਨਾਮ ਵਿਸਾਰ ਕੇ, ਫਿਰ ਉਹ ਚਿੰਤਾ ਚ ਰਹਿੰਦੀ, ਅਸ਼ਾਂਤ ਵਾਲੀ ਨੀਂਦ ਹੁੰਦੀ, ਅਸ਼ਾਂਤ, ਸ਼ਾਂਤੀ ਅੰਦਰ ਨਹੀਂ ਹੁੰਦੀ, ਚਿੰਤਾ ਰਹਿੰਦੀ, ਪਾਸੇ ਮਾਰਦਾ ਰਹਿੰਦਾ। ਕਈ ਸਰੀਰ ਦਾਸ ਨੂੰ ਮਿਲਦੇ ਜਿਹੜੇ ਕਹਿੰਦੇ ਨੇ ਕਿ ਜਦੋਂ ਸਾਧਨਾ ਕਰਕੇ ਸੋਨੇ ਆ ਨੇ, ਦੋ ਚਾਰ ਘੰਟੇ ਜਿਹੜੇ ਵੀ ਸੋਂਦੇ, ਕੋਈ ਦੋ ਘੰਟੇ ਸੋਂਦਾ, ਕੋਈ ਤਿੰਨ, ਕੋਈ ਚਾਰ, ਕੋਈ ਡੇਢ। ਹੁਣ ਜਦੋਂ ਇੱਥੋਂ ਤੁਸੀਂ ਘਰ ਜਾਂਦੇ ਹੋ, ਜਾਂ ਜਿਹੜੇ ਘਰ 'ਚ ਸਿਮਰਨ ਸਾਧਨਾ ਵੇਖਦੇ ਨੇ, ਸਿਮਰਨ ਸਾਧਨਾ ਤੋਂ ਬਾਅਦ ਫਿਰ ਚਾਹ ਪਾਣੀ ਪੀ ਕੇ ਘੰਟਾ ਦੋ ਘੰਟੇ ਪੈਂਦੇ, ਉਹ ਨੀਂਦ ਇੰਨੀ ਵਧੀਆ ਹੁੰਦੀ ਹੈ ਨਾ ਜੀ, ਇੰਨੀ ਵਧੀਆ, ਇੰਨੀ ਸਕੂਨ ਵਾਲੀ ਨੀਂਦ ਹੁੰਦੀ ਹੈ। ਕਿਉਂ ਦੱਸੋ? ਕਿਉਂਕਿ ਪਤਾ ਕੰਮ ਭੁਗਤਿਆ ਹੋਇਆ। ਆਹੋ ਸਾਧਨਾ, ਬੱਚੇ ਦਾ ਹੋਮਵਰਕ ਭੁਗਤਿਆ ਹੋਵੇ ਤੇ ਛਾਲਾ ਮਾਰਦਾ ਫਿਰਦਾ, ਛਾਲਾ ਮਾਰਦਾ ਫਿਰਦਾ। ਮਾਂ ਕਹਿੰਦੀ ਪੜ੍ਹ ਲੈ, ਮੰਮਾ ਹੋਮਵਰਕ ਹੋ ਗਿਆ, ਉਹਨਾਂ ਰੋਕਿਓ ਮੈਨੂੰ ਖੇਡਣ ਤੋਂ। ਉਦੋਂ ਤੱਕ ਮਾਂ ਰੋਕਦੀ ਜਦ ਤੱਕ ਹੋਮਵਰਕ ਨਹੀਂ ਹੁੰਦਾ। ਹੋਮਵਰਕ ਹੋ ਗਿਆ, ਹੁਣ ਕਿਸ ਕਾਰਨ ਰੋਕੇ? ਹੁਣ ਛਾਲਾ ਮਾਰਦਾ, ਕਿਉਂ? ਹੋਮਵਰਕ ਭੁਗਤ ਗਿਆ, ਹੋਮਵਰਕ ਭੁਗਤ ਗਿਆ। ਸਵੇਰੇ ਅੰਮ੍ਰਿਤ ਵੇਲਾ ਜਦੋਂ ਗੁਰੂ ਨੂੰ ਦੇ ਕੇ ਦੋ ਢਾਈ ਘੰਟੇ ਬੰਦਾ ਸੋਂਦਾ ਹੈ ਨਾ, ਤਾਂ ਐ ਚੈਨ ਦੇ ਨਾਲ ਸੋਂਦਾ ਵੀ ਮੈਂ ਆਪਣਾ ਕੰਮ ਭੁਗਤਾ ਚੁੱਕਾ। ਆਖੋ ਸਤਨਾਮ, ਸਾਡਾ ਕੰਮ ਭੁਗਤ ਗਿਆ। ਮਹਾਰਾਜ ਨੇ ਕਿਹਾ ਸੀ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰ, ਕਰ ਲਈ, ਮਨ ਲੱਗੇ ਨਾ ਲੱਗੇ ਇਹ ਮੈਟਰ ਨਹੀਂ ਹੈ। ਮੈਟਰ ਇਹ ਹੈ ਕਿ ਮੈਂ ਗੁਰੂ ਦਾ ਬਚਨ ਕਮਾਉਣਾ ਹੈ। ਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਜਾ ਕੇ ਭਗਤੀ ਕਰ, ਭਗਤੀ ਕਰਨੀ ਮੇਰਾ ਫਰਜ਼ ਹੈ, ਮਨ ਲਾਣਾ ਨਾ ਲਾਣਾ ਇਹ ਉਹਦੀ ਮੌਜ ਹੈ। ਆਖੋ ਸਤਨਾਮ, ਮੇਰਾ ਕੰਮ ਹੈ ਉੱਠ ਕੇ ਗੁਰੂ ਦਾ ਬਚਨ ਕਮਾਉਣਾ। ਸਾਹਿਬ ਨੇ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰਨਾਮ ਧਿਆ। ਮੈਂ ਮਹਾਰਾਜ ਦੇ ਬਚਨ ਕਮਾਣੇ ਨੇ, ਬਚਨ ਕਮਾਣੇ ਨੇ। ਮਨ ਨਹੀਂ ਲੱਗਿਆ ਨਾ ਲੱਗੇ, ਮਨ ਲੱਗ ਗਿਆ ਲੱਗ ਜਾਏ, ਇਹ ਇਹ ਮੇਰਾ ਚੈਪਟਰ ਨਹੀਂ, ਇਹ ਚੈਪਟਰ ਗੁਰੂ ਦਾ, ਆਪੇ ਬਰਕਤ ਪਾਣਗੇ। ਤੇ ਵੈਸੇ ਵੀ ਬਾਬਾ ਆਨੰਦ ਸਿੰਘ ਜੀ ਆ ਬਚਨ ਸਾਧ ਜਿਹੜਾ ਬੜਾ ਬਲ ਦਿੰਦਾ ਹੈ ਬਚਨ, ਬਾਬਾ ਆਨੰਦ ਸਿੰਘ ਜੀ, ਨੌਕਰ ਭਾਵੇਂ ਬੇਦਿਲੀਏ ਹੀ ਭਾਂਡੇ ਮਾਂਜੇ, ਤਨਖਾਹ ਫਿਰ ਵੀ ਲੈ ਕੇ ਜਾਂਦਾ। ਆਪੋ ਸਤਨਾਮ, ਤਨਖਾਹ ਲੈ ਕੇ ਜਾਂਦਾ। ਮਾਲਕ ਇਹ ਨਹੀਂ ਕਹਿੰਦਾ ਤੂੰ ਬੇਦਿਲੀਆ ਭਾਂਡੇ ਮਾਂਜ, ਉਹ ਕਹਿੰਦਾ ਦੇਖੋ ਭਾਂਡੇ ਸਾਫ਼ ਸੁਥਰੇ ਨੇ, ਚਮਕਦੇ ਪਏ ਨੇ, ਮੈਂ ਦਿਲ ਤੋਂ ਮਾਂਜੇ ਮਾਂਜੇ, ਮੈਂ ਬੇਦਿਲੀਆ ਮਾਂਜੇ, ਭਾਂਡੇ ਸਾਫ਼ ਲਿਆ, ਤਨਖਾਹ ਦੇ। ਆਪੋ ਸਤਨਾਮ, ਲਿਆ ਤਨਖਾਹ ਦੇ। ਹੈਜੀ, ਕੋਈ ਦਿਲ ਤੋਂ ਬੈਠੇ, ਕੋਈ ਨਾ ਦਿਲ ਤੋਂ ਬੈਠੇ, ਕੋਈ ਮਨ ਕਰਕੇ, ਕੋਈ ਨਾ ਮਨ ਕਰਕੇ, ਤਨਖਾਹ ਤਾਂ ਮਿਲੇਗੀ। ਅੰਮ੍ਰਿਤ ਵੇਲੇ ਜਿਹੜਾ ਭਜਨ ਕਰੇਗਾ ਉਹਨੂੰ ਗੁਰੂ ਨਾਨਕ ਤਨਖਾਹ ਦੇਣਗੇ। ਸੱਚਾਈ ਆਪਣੇ ਖਜ਼ਾਨੇ ਚੋਂ ਤਨਖਾਹ ਦੇਣਗੇ, ਉਸ ਤਨਖਾਹ ਚ ਕਿਹੜੀਆਂ ਬਖਸ਼ੀਸ਼ਾਂ ਹੋਣ। ਸਾਧ ਸੰਗਤ ਜਦੋਂ ਬਖਸ਼ੀਸ਼ਾਂ ਮਾਣਾਂਗੇ ਉਦੋਂ ਪਤਾ ਲੱਗੇਗਾ। ਸਤਨਾਮ, ਉਦੋਂ ਪਤਾ ਲੱਗੇਗਾ।
ਜੇ ਕੁਦਰਤੀ ਨੀਂਦ ਘੱਟ ਹੈ ਤਾਂ ਉਹਨੂੰ ਸਫਲਾ ਕਰੋ। ਨਾਮ ਜਪ। ਹੁਣ ਇੱਕ ਬੰਦਾ ਕਹੇ ਜੀ ਉਹਦੇ ਬਾਰੇ ਵੀ ਦੱਸ ਦਿਓ ਜਿਹੜਾ ਹੁਣ ਅੱਠ ਅੱਠ ਘੰਟੇ ਸੌਂਦਾ, ਨੌ ਨੌ ਘੰਟੇ ਸੌਂਦਾ। ਹੁਣ ਕਈਆਂ ਦੀ ਸਾਸ ਅੱਠ ਘੰਟੇ ਨੀਂਦ ਲੈ ਕੇ ਵੀ ਨੀਂਦ ਪੂਰੀ ਨਹੀਂ ਹੁੰਦੀ, ਜਦੋਂ ਉੱਠਦੇ ਨੇ ਨਾ ਓਏ ਹੋਏ ਸਿਰ ਦਰਦ ਕਰਦਾ, ਨੀਂਦ ਨਹੀਂ ਪੂਰੀ ਹੋਈ। ਮਾਂ ਨੇ ਪਿੱਛੋਂ ਚਪੇੜ ਮਾਰੀ, ਨੌ ਘੰਟੇ ਸੌ ਕੇ ਕਹਿੰਦਾ ਹਾਲੇ ਨੀਂਦ ਨਹੀਂ ਪੂਰੀ ਹੋਈ। ਹੁਣ ਉਹ ਬੰਦੇ ਕਹਿਣ ਕਿ ਬਈ ਸਾਡੇ ਲਈ ਦੋ ਢੰਗ ਨੇ ਨੀਂਦ ਘਟਾਉਣ ਦੇ ਜੀ, ਦੋ ਢੰਗ। ਜਿੱਥੇ ਤੱਕ ਦਾਸ ਨੇ ਅਨੁਭਵ ਕੀਤਾ ਕਿਵੇਂ ਨੀਂਦ ਘਟੇ, ਨੀਂਦ ਵੀ ਘਟ ਜਾਏ ਔਰ ਮੇਰੇ ਸਰੀਰ 'ਚ ਫਰਕ ਵੀ ਨਾ ਪਵੇ। ਤੁਸੀਂ ਅੱਠ ਘੰਟੇ ਸੌਣ ਵਾਲੇ, ਮੰਨ ਲਓ ਕੋਈ ਬੰਦਾ ਅੱਠ ਘੰਟੇ ਸੌਣ ਵਾਲਾ, ਅਗਰ ਉਹ ਢਾਈ ਘੰਟੇ ਸੌ ਕੇ ਸਾਧ ਸੰਗਤ ਆਪਣਾ ਸਾਰਨਾ ਸ਼ੁਰੂ ਕਰੇਗਾ ਨਾ, ਤੇ 15 ਦਿਨਾਂ ਦੇ ਵਿੱਚ ਉਹਦਾ ਸਰੀਰ ਹਿੱਲ ਜਾਏਗਾ, ਹਿੱਲ ਜਾਏਗਾ। ਕਈ ਵਾਰੀ ਨਾ ਮਹਾਂਪੁਰਖਾਂ ਦੀ ਲਿਖਤ ਆਪਾਂ ਪੜ੍ਹਦੇ ਹਾਂ, ਮਹਾਂਪੁਰਖ ਬਈ ਢਾਈ ਘੰਟੇ ਤਿੰਨ ਘੰਟੇ ਸੌਂਦੇ ਸਨ, ਸਾਨੂੰ ਵੀ ਸ਼ੌਂਕ ਪੈਦਾ ਹੋ ਜਾਂਦੇ ਨਾ ਦੇਖ ਮੰਚਾ ਉੱਠਦਾ, ਉਹ ਸ਼ੌਂਕ ਸ਼ੌਂਕ ਜੇ ਬੰਦਾ ਸ਼ੁਰੂ ਹੋ ਜਾਂਦਾ। ਹੁਣ ਨੀਂਦ ਉਹ ਲੈਂਦਾ ਸੀ ਅੱਠ ਘੰਟੇ ਦੀ, ਹੁਣ ਇਹਨੇ ਅਭਿਆਸ ਸ਼ੁਰੂ ਕਰਤਾ ਤਿੰਨ ਘੰਟੇ ਦਾ, 15 ਦਿਨ ਬਾਅਦ ਹੀ ਬਿਮਾਰ ਹੋਏ ਹੋਵੇ, ਸਰੀਰ ਨਿਢਾਲ ਹੋਇਆ ਹੋਏਗਾ, ਕਿਉਂਕਿ ਨੀਂਦ ਬਹੁਤ ਜ਼ਰੂਰੀ ਹੈ, ਨੀਂਦ ਬਹੁਤ ਜ਼ਰੂਰੀ। ਭੁੱਖ ਨਾਲੋਂ ਨੀਂਦ ਦਾ ਸਾਧ ਸੰਗਤ ਜਿਹੜਾ ਫੰਕਸ਼ਨ ਹੈ ਉਹ ਜ਼ਿਆਦਾ ਤਗੜਾ ਜੀ, ਜ਼ਿਆਦਾ ਤਗੜਾ। ਇੱਕ ਵਾਰੀ ਬੰਦਾ ਰੋਟੀ ਨਹੀਂ ਖਾਏਗਾ ਸਰ ਜਾਂਦਾ, ਨੀਂਦ ਨਹੀਂ ਲਏਗਾ ਨਾ ਉਹ ਨਹੀਂ ਸਰ, ਉਹ ਨਹੀਂ ਸਰ। ਕਈ ਵਾਰੀ ਤੁਸੀਂ ਦੇਖੋ ਜਿਹੜਾ ਅਨਿੰਦਰਾ ਬੰਦਾ ਹੋਏਗਾ, ਬੰਦਾ ਉਠਾਉਂਦਾ ਉਹਨੂੰ ਕਿ ਬੇਟਾ ਤੈਨੂੰ ਭੁੱਖ ਲੱਗੀ ਹੋਣੀ, ਖਾ ਲੈ, ਉਹ ਭੁੱਖ ਨਾਲ ਕੰਪਰੋਮਾਈਜ਼ ਕਰ ਲਏਗਾ, ਨੀਂਦ ਨਾਲ ਕੰਪਰੋਮਾਈਜ਼ ਨਹੀਂ ਕਰੇਗਾ, ਕਿਉਂਕਿ ਸਰੀਰ ਵਾਸਤੇ ਨੀਂਦ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ। ਹੁਣ ਕੀ ਕਰੀਏ ਕਿ ਜਿਹੜਾ ਮੇਰੀ ਨੀਂਦ ਘੱਟ ਜਾਏ? ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਆ ਪੰਗਤੀ ਮੇਰੇ ਤੇ ਵੀ ਢਲੇ ਕਿ ਹੋਂ ਤਿਸ ਘੋਲ ਕਮਾਇਆ ਥੋੜਾ ਸਵੈ ਥੋੜਾ ਹੀ ਖਾਵੇ। ਪਹਿਲੀ ਜੁਗਤੀ ਹੈ ਜੀ ਅਰਦਾਸ, ਆਖੋ ਸਤਨਾਮ। ਪਹਿਲੀ ਜੁਗਤੀ ਅਰਦਾਸ ਵਾਹਿਗੁਰੂ ਜੀ ਦੇ ਚਰਨਾਂ ਦੇ, ਗਰੀਬ ਨਿਵਾਜ ਕਿਰਪਾ ਕਰੋ ਮੇਰ, ਅੱਠ ਅੱਠ ਘੰਟੇ ਸੋਨਾ, ਨੌ ਨੌ ਘੰਟੇ ਸੋਨਾ, ਇੰਨਾ ਸਮਾਂ ਬਰਬਾਦ ਕਰਦਾ, ਗਰੀਬ ਨਿਵਾਜ ਕਿਰਪਾ ਕਰੋ। ਪਹਿਲੀ ਇਹਦੇ ਨਾਲ ਹੀ ਰਿਲੇਟਡ ਇੱਕ ਜੁਗਤੀ ਦਾਸ ਹੋਰ ਦੱਸੇਗਾ ਜੀ। ਪਹਿਲਾ ਕੰਮ ਆਪਾਂ ਅਰਦਾਸ ਕਰਨੀ, ਕਿਉਂਕਿ ਅਰਦਾਸ ਤੋਂ ਬਿਨਾਂ ਤਾਂ ਗੱਲ ਬਣਨੀ ਨਹੀਂ ਜੀ, ਬੇਨਤੀਆਂ ਤੋਂ ਬਿਨਾਂ ਤਾਂ ਗੱਲ ਬਣਨੀ। ਕਈ ਵਾਰੀ ਮੈਂ ਵੇਖਦਾ ਸਤਸੰਗ ਛੁੱਟੀ ਹੋਵੇ ਨਾ ਛੁੱਟੀ, ਤੇ ਇਹ ਦਿਮਾਗ ਵਿੱਚ ਏਦਾਂ ਦੇ ਖਿਆਲ ਆ ਜਾਂਦੇ ਨੇ ਕਿ ਅੱਜ ਛੁੱਟੀ ਹੈ, ਅੱਜ ਆਰਾਮ ਨਾਲ ਸੌਣਾ, ਮਤਲਬ ਧਿਆਨ ਹੀ ਜ਼ਿਆਦਾ ਸੌਣ ਦਾ, ਅੱਜ ਛੁੱਟੀ ਹੈ ਅੱਜ ਜ਼ਿਆਦਾ ਸੌਣ, ਅੱਜ ਆਰਾਮ ਜ਼ਿਆਦਾ ਕਰ, ਧਿਆਨ ਹੀ ਦੇਖੋ ਸਾਡਾ ਕਿਸ ਪਾਸੇ ਜਾਂਦਾ। ਅਗਰ ਕੰਮ ਦੀ ਛੁੱਟੀ ਹੈ ਨਾ, ਯਤਨ ਕਰਨਾ ਕੰਮ ਦੀ ਛੁੱਟੀ ਹੋਵੇ, ਨਿਤਨੇਮ ਦੀ ਛੁੱਟੀ ਨਾ ਹੋਵੇ, ਅੰਮ੍ਰਿਤ ਵੇਲੇ ਦੀ ਛੁੱਟੀ ਨਾ ਹੋਵੇ। ਸੰਡੇ ਹੈ ਤੁਹਾਡੀ ਕੰਮ ਦੀ ਛੁੱਟੀ ਹੈ,
ਤੁਸੀਂ ਨੌਕਰੀ ਨਹੀਂ ਜਾਣਾ, ਦੁਕਾਨ ਤੁਹਾਡੀ ਬੰਦ ਹੈ, ਛੁੱਟੀ ਹੈ। ਪਰ ਗੁਰੂ ਨਾਨਕ ਨੇ ਅੰਮ੍ਰਿਤ ਵੇਲੇ ਦੀ ਛੁੱਟੀ ਸੰਡੇ ਨੂੰ ਵੀ ਨਹੀਂ ਦਿੱਤੀ ਹੈ। ਆਖੋ ਸਤਨਾਮ, ਛੁੱਟੀ ਬਿਲਕੁਲ, ਨਿਤਨੇਮ ਦੀ ਛੁੱਟੀ ਬਿਲਕੁਲ 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 ਨਹੀਂ ਛੁੱਟੀ ਹੈ ਸਾਧ ਜੀ। ਆ ਹੱਥ ਬਣ ਬੇਨਤੀ ਮੈਂ ਕਰਨ ਲੱਗਾ ਤੁਹਾਡੇ ਚਰਨਾਂ 'ਚ। ਛੁੱਟੀ ਵਾਲਾ ਦਿਹਾੜਾ ਹੋਵੇ, ਉੱਠ ਕੇ ਅੰਮ੍ਰਿਤ ਵੇਲਾ ਸੰਭਾਲ ਲਓ, ਢਾਈ ਤਿੰਨ ਘੰਟੇ ਸਿਮਰਨ ਸਾਧਨਾ ਦੀ, ਸਿਮਰਨ ਸਾਧਨਾ ਕੀਤੀ ਆਰਾਮ, ਉਸ ਤੋਂ ਬਾਅਦ ਫਿਰ ਭਾਵੇਂ ਦੋ ਘੰਟੇ ਜ਼ਿਆਦਾ ਆਰਾਮ ਕਰ ਲਓ, ਕੋਈ ਨਹੀਂ ਪੁੱਛਦਾ ਤੁਹਾਨੂੰ, ਕੋਈ ਨਹੀਂ ਪੁੱਛਦਾ। ਪਰ ਨਿਤਨੇਮ ਛੱਡ ਕੇ ਜੇ ਉਹ ਅਗਰ ਦਿਮਾਗ ਸੈੱਟ ਕਰ ਲਓ ਕਿ ਅੱਜ ਤਾਂ ਖੁੱਲ ਕੇ ਸੋਣਾ ਹੈ ਜੀ, ਅੱਜ ਤਾਂ ਖੁੱਲ ਕੇ ਸੋਣਾ, ਹਾਂਜੀ, ਔਰ ਨਿਤਨੇਮ ਛੱਡ ਕੇ ਅੰਮ੍ਰਿਤ ਵੇਲਾ ਛੱਡ ਕੇ ਜੇ ਆਪਾਂ ਖੁੱਲ ਕੇ ਸੋਣਾ ਤੇ ਫਿਰ ਉਹ ਪ੍ਰਵਾਨ ਨਹੀਂ, ਉਹ ਖੁਸ਼ੀ ਨਹੀਂ, ਬਿਲਕੁਲ ਖੁਸ਼ੀ ਨਹੀਂ। ਪਹਿਲੀ ਜੁਗਤੀ ਸਾਧ ਸੰਗਤ ਅਰਦਾਸ ਕਿ ਹਰ ਵੇਲੇ ਤੁਹਾਡਾ ਮਨ ਇੱਕ ਅਰਦਾਸ 'ਚ ਹੋਵੇ ਕਿ ਸੱਚੇ ਪਾਤਸ਼ਾਹ ਆ ਕਿਰਪਾ ਕਰ ਦਿਓ ਵੀ ਥੋੜੀ ਨੀਂਦ ਦੇ ਵਿੱਚ ਮੇਰਾ ਸਰੀਰ ਫਰੈਸ਼ ਹੋ ਜਾਵੇ ਤੇ ਜਿਹੜੀ ਨੀਂਦ ਮੇਰੀ ਬਚਦੀ ਹੋਵੇ ਉਹਦੇ 'ਚ ਮੈਂ ਭਜਨ ਕਰ ਸਕਾਂ। ਉਹਦੇ ਲਈ ਭਾਵੇਂ ਇੱਕ ਜਪਜੀ ਸਾਹਿਬ, ਦੋ ਜਪਜੀ ਸਾਹਿਬ ਵਧਾ ਕੇ ਅਰਦਾਸ, ਇੱਕ ਤਾਂ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਤੇ ਦੂਜੀ ਇੱਕ ਜੁਗਤੀ ਵਰਤਣੀ ਹੈ ਸਾਸ, ਉਹ ਕੀ? ਹਰ ਮਹੀਨੇ, ਹਰ ਮਹੀਨੇ ਜ਼ਿਆਦਾ ਨਹੀਂ 15 ਮਿੰਟ ਖਾਲੀ ਆਪਣੀ ਨੀਂਦ ਘਟਾਉਣੀ ਹੈ, ਬਸ 15 ਮਿੰਟ। ਆ ਇੱਕ ਜੁਗਤੀ ਤੁਹਾਨੂੰ ਬਹੁਤ ਕਾਰਗਰ ਸਿੱਧ ਹੋਏਗੀ, ਬੜੀ ਬੈਨੀਫਿਟ ਇਹ ਜੁਗਤੀ ਹੈ, ਬੜੀ ਬੈਨੀਫਿਸ਼ੀਅਲ ਇਹ ਜੁਗਤੀ ਹੈ ਸਾਸ, ਬੜਾ ਬੈਨੀਫਿਟ ਹੋਏਗਾ ਤੁਹਾਨੂੰ। ਹੁਣ ਜਿਵੇਂ ਮੰਨ ਲਓ ਮੈਂ ਐਗਜ਼ਾਮਪਲ ਦੇ ਰਿਹਾ ਕਿ ਕਿਸੇ ਦੀ 8 ਘੰਟੇ ਦੀ ਨੀਂਦ, ਉਹ ਚਾਹੁੰਦਾ ਮੇਰੀ ਨੀਂਦ 4 ਘੰਟੇ ਦੀ ਰਹਿ ਜਾਏ ਔਰ ਮੇਰੇ ਸਰੀਰ ਨੂੰ ਫਰਕ ਵੀ ਨਾ ਪਵੇ, 4 ਘੰਟੇ ਦੀ ਨੀਂਦ ਰਹਿ ਜਾਏ ਔਰ ਉਸ 4 ਘੰਟੇ ਦੀ ਨੀਂਦ 'ਚ ਮੈਨੂੰ 8 ਘੰਟੇ ਦਾ ਆਨੰਦ ਆ ਜਾਏ, 8 ਘੰਟੇ ਵਾਲਾ ਰੈਸਟ ਮੈਨੂੰ 4 ਘੰਟੇ 'ਚ ਮਿਲ ਜਾਵੇ ਔਰ ਮੇਰੇ ਸਰੀਰ 'ਚ ਫਰਕ ਨਾ ਪਵੇ, ਫਿਰ ਕੀ ਕਰਨਾ ਪਤਾ? 15 ਮਿੰਟ ਖਾਲੀ ਘਟਾਇਓ। ਮੰਨ ਲਓ ਤੁਸੀਂ ਕਿਸੇ ਗੁਰਪੁਰਬ ਤੇ ਸ਼ੁਰੂ ਕੀਤੀ ਜਾਂ ਕਿਸੇ ਮਹੀਨੇ ਸ਼ੁਰੂ ਕੀਤਾ, ਕੋਈ ਮਹੀਨੇ ਨਵੰਬਰ ਦੇ ਮਹੀਨੇ ਸ਼ੁਰੂ ਕੀਤਾ, ਠੀਕ ਹੈ ਜੀ, 15 ਮਿੰਟ ਘਟਾ ਦਿੱਤਾ, 15 ਮਿੰਟ, ਹੁਣ ਪੂਰਾ ਮਹੀਨਾ 7.5 ਘੰਟੇ ਸੋਣਾ। ਔਰ ਮੈਂ ਇਹ ਵੀ ਕਹਿ ਦਿਆਂ ਤੁਹਾਨੂੰ ਪ੍ਰੈਕਟੀਕਲ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਤੁਸੀਂ ਖਾਲੀ 15 ਮਿੰਟ ਹੀ ਘਟਾਓਗੇ ਨਾ 5-7 ਦਿਨ ਤੁਹਾਡੀ ਬਾਡੀ ਉਹ ਵੀ ਐਕਸੈਪਟ ਨਹੀਂ ਕਰੇਗੀ ਕਿ 15 ਮਿੰਟ ਵੀ ਕਿਉਂ ਘਟਾਏ ਨੇ ਆਪਕੋ ਸਤਨਾਮ। 15 ਮਿੰਟ ਵੀ ਘਟਾਓਗੇ ਨਾ ਤੁਹਾਡੀ ਬਾਡੀ ਐਕਸੈਪਟ ਨਹੀਂ ਕਰੇਗੀ ਕਿਉਂਕਿ ਤੁਹਾਡੀ ਬਾਡੀ 8 ਘੰਟੇ ਨੀਂਦ ਲੈਣ ਦੀ ਅਭਿਆਸੀ ਹੋ ਚੁੱਕੀ ਹੈ। ਹੁਣ 7.5 ਘੰਟੇ ਤੁਸੀਂ ਦਿਓਗੇ, 4-5 ਦਿਨ ਤੁਸੀਂ ਔਖੇ ਹੋਵੋਗੇ ਕਿ ਯਾਰ ਹਲੇ 15 ਮਿੰਟ ਹੋਰ ਸੋਣਾ, ਹਲੇ 15, ਪਰ ਜਿੱਦ ਪੈ ਜਾਓ ਕਿ ਨਹੀਂ ਹੁਣ 7.5 ਘੰਟੇ, ਮਾਤਰ 5-7 ਦਿਨ ਬਸ ਤੁਹਾਡੀ ਬਾਡੀ ਸੈੱਟ ਹੋ ਜਾਏਗੀ ਕਿਉਂਕਿ ਖਾਲੀ 15 ਮਿੰਟ ਘਟਾਏ, ਜ਼ਿਆਦਾ ਨਹੀਂ ਘਟਾਏ, ਖਾਲੀ 15 ਮਿੰਟ। ਹੁਣ ਪੂਰਾ ਮਹੀਨਾ ਤੁਸੀਂ 7.5 ਘੰਟੇ ਸੋਵੋ, ਅਗਲਾ ਮਹੀਨਾ ਆਵੇ 15 ਮਿੰਟ ਫਿਰ ਘਟਾ, ਹੁਣ ਤੁਹਾਡੀ ਬਾਡੀ 25 ਦਿਨ ਲਈ ਅਭਿਆਸੀ ਹੋ ਗਈ ਸੀ ਕਿ 7.5 ਘੰਟੇ, ਇਹ ਸੈਟਲ ਹੋ ਚੁੱਕੀ ਹੈ, ਤੁਹਾਡੀ ਬਾਡੀ ਸੈੱਟ ਹੋ ਗਈ ਹੈ ਕਿ ਬਈ 7.5 ਘੰਟੇ ਲੈਣੀ ਹੈ ਨੀਂਦ। ਹੁਣ ਅਗਲੇ ਮਹੀਨੇ 7.5 ਘੰਟੇ,
15 ਮਿੰਟ ਹੋਰ ਘਟਾ, ਜ਼ਿਆਦਾ ਨਹੀਂ, ਜ਼ਿਆਦਾ ਨਾ ਘਟਾਇਓ, ਫਿਰ ਉਹੀ ਸਿਸਟਮ ਚੱਲੇਗਾ। 5-6 ਦਿਨ ਤੁਹਾਡੀ ਬਾਡੀ ਔਖੀ ਰਹੇਗੀ, ਔਖੀ ਰਹੇਗੀ, ਐਕਸੈਪਟ ਨਹੀਂ ਕਰੇਗੀ। 7.5 ਘੰਟੇ ਦੀ ਨੀਂਦ ਨੂੰ ਐਕਸੈਪਟ ਨਹੀਂ ਕਰੇਗੀ ਤੁਹਾਡੀ ਬਾਡੀ। 5-7 ਦਿਨ ਔਖੇ ਰਹਿਣਾ, ਪਰ 5-7 ਦਿਨ ਤੋਂ ਬਾਅਦ ਅਗਰ 7.5 ਘੰਟੇ ਹੀ ਸੋਂਦੇ ਰਹੇ, ਫਿਰ ਉਸ ਤੋਂ ਬਾਅਦ ਤੁਹਾਡੀ ਬਾਡੀ ਐਕਸੈਪਟ ਕਰ ਲਏਗੀ ਵੀ ਠੀਕ ਹੈ, ਸੈੱਟ। ਉਹ ਜਿਹੜੇ 25 ਦਿਨ 7.5 ਘੰਟੇ ਸੋਵੋਗੇ, ਤੁਹਾਡੀ ਬਾਡੀ ਨੂੰ ਕੋਈ ਫਰਕ ਨਹੀਂ ਪੈਂਦਾ, ਸੈਟਲ ਹੋ ਗਈ, ਸੈੱਟ ਹੋ ਗਈ। ਅਗਲੇ ਮਹੀਨੇ 15 ਮਿੰਟ, ਅਗਲੇ ਮਹੀਨੇ 15 ਮਿੰਟ, ਅਗਲੇ ਮਹੀਨੇ 15 ਮਿੰਟ, ਇੱਦਾਂ ਕਰਦੇ ਕਰਦੇ ਸਾਧ ਸੰਗਤ ਯਕੀਨ ਜਾਣਨਾ, ਮਾਲਕ ਦੀ ਦਇਆ ਦੇ ਨਾਲ 12 ਮਹੀਨਿਆਂ 'ਚ 1 ਸਾਲ ਦੇ ਅੰਦਰ ਅੰਦਰ ਤੁਸੀਂ ਕਿੰਨੀ ਨੀਂਦ ਘਟਾ ਲਈ? 3 ਘੰਟੇ ਦੀ ਨੀਂਦ ਘਟ ਗਈ। 1 ਸਾਲ ਦੇ ਤੁਸੀਂ 8 ਘੰਟੇ ਤੋਂ 5 ਘੰਟੇ 'ਚ ਆ ਗਏ। ਹੁਣ ਜਦੋਂ 5 ਘੰਟੇ 'ਚ ਆਏ, ਤੁਹਾਡੀ ਬਾਡੀ ਨੂੰ ਕੋਈ ਫਰਕ ਨਹੀਂ ਪੈ ਰਿਹਾ, ਉਹੀ ਸਕੂਨ ਜਿਹੜਾ, ਉਹੀ ਬਾਡੀ ਨੂੰ ਰਿਲੈਕਸ ਜਿਹੜਾ 8 ਘੰਟੇ 'ਚ ਮਿਲਦਾ ਸੀ, ਹੁਣ 5 ਘੰਟੇ 'ਚ ਮਿਲਦਾ ਪਿਆ। ਕੋ ਸਤਨਾ, 5 ਘੰਟੇ 'ਚ ਮਿਲਦਾ। ਏਦਾਂ ਹੌਲੀ ਹੌਲੀ ਨੀਂਦ, ਹੌਲੀ 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 ਨੀਂਦ। ਅਗਲੇ ਹੋਰ 4 ਮਹੀਨਿਆਂ 'ਚ 15-15 ਮਿੰਟ ਘਟਾਏ, 4 ਮਹੀਨਿਆਂ 'ਚ ਘੰਟਾ ਹੋਰ ਘਟ ਗਿਆ ਹੈ ਜੀ। 16 ਮਹੀਨਿਆਂ 'ਚ 12 ਤੇ 4, 16 ਮਹੀਨਿਆਂ 'ਚ ਕਿੰਨਾ ਘਟ ਗਿਆ ਜੀ? 4 ਘੰਟੇ। 8 ਘੰਟੇ ਦੀ ਨੀਂਦ ਵਾਲਾ 4 ਘੰਟੇ 'ਚ ਆ ਗਿਆ। ਹੁਣ 4 ਘੰਟੇ ਦੀ ਨੀਂਦ ਬਾਡੀ ਐਕਸੈਪਟ ਕਰਦੀ ਪਈ ਹੈ ਖੁਸ਼ੀ ਦੇ ਨਾਲ, ਔਰ ਕੋਈ ਫਰਕ ਨਹੀਂ ਪੈ ਰਿਹਾ ਬਾਡੀ ਨੂੰ। ਆਖੋ ਸਤਨਾ, ਕੋਈ ਫਰਕ ਨਹੀਂ ਪੈ ਰਿਹਾ। ਇਹ ਜੁਗਤੀ, ਇਹ ਹੌਲੀ ਹੌਲੀ ਸਾਧ, ਏਦਾਂ ਆਪਾਂ ਸੰਗਤ ਵਿੱਚ ਵੀ ਜੁਗਤੀਆਂ ਮਿਲਦੀਆਂ। ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਸਾਧ ਸਾਹਿਬ, ਭੁੱਲਿਆ ਨਹੀਂ। ਮਿੱਠੇ ਟਵਾਣੇ ਸਾਡਾ ਕੀਰਤਨ ਸੀ ਜੀ ਹੁਸ਼ਿਆਰਪੁਰ ਦੇ। ਕੀਰਤਨ ਤੋਂ ਬਾਅਦ ਬਾਹਰ ਨਿਕਲੇ, ਇੱਕ ਨੌਜਵਾਨ ਬੱਚਾ ਦੁਮਾਲਾ ਸਜਾਇਆ ਸੀ, ਗਾਤਰਾ ਬਾਹਰ ਤਾਣੀ ਕੱਢਿਆ। ਦਾਸ ਜਦੋਂ ਗੱਡੀ 'ਚ ਬੈਠਾ ਤਾਂ ਉਹਨੇ ਸ਼ੀਸ਼ਾ ਨੌਕ ਕੀਤਾ। ਮੈਂ ਸ਼ੀਸ਼ਾ ਖੋਲਿਆ, ਮੈਂ ਕਿਹਾ ਹਾਂਜੀ ਬੇਟੇ। ਉਹ ਕਹਿਣ ਲੱਗਾ, ਵੀਰ ਜੀ ਚਲੋ ਮੈਂ ਡਰ ਕੇ ਕਹਿ ਰਿਹਾ, ਵਾਹਿਗੁਰੂ ਵਾਲ ਲਾਣ। ਕਹਿੰਦਾ ਜੀ ਤੁਹਾਡਾ ਧੰਨਵਾਦ ਕਰਨਾ, ਤੁਹਾਡਾ ਧੰਨਵਾਦ ਕਰਨਾ। ਮੈਂ ਕਿਸ ਚੀਜ਼ ਦਾ ਧੰਨਵਾਦ ਕਰਨਾ ਬੇਟੇ? ਕਹਿੰਦੇ ਵੀਰ ਜੀ ਜ਼ਿੰਦਗੀ ਬਦਲ ਗਈ ਤੁਹਾਡੀ ਇੱਕ ਜੁਗਤੀ ਦੇ ਨਾਲ। ਗੱਡੀ ਚਾਲੂ ਸੀ ਤੇ ਮੈਂ ਬੰਦ ਕਰਵਾ ਦਿੱਤਾ। ਸੁਣੀਏ, ਦਾਸ ਕਈ ਵਾਰੀ ਇਹ ਗੱਲ ਕਹਿੰਦਾ, ਪਤਾ ਨਹੀਂ ਕਿਹੜੀ ਜੁਗਤੀ ਕਿਹਦੇ ਲਈ ਕਾਰਗਲ ਸਿੱਧ ਹੋ ਜਾਵੇ, ਜੀਵਨ ਬਦਲ ਕੇ ਰੱਖ ਦੇ। ਉਹ ਸਿੰਘ ਨੌਜਵਾਨ ਬੱਚਾ ਦੱਸਣ ਲੱਗਾ ਮੈਨੂੰ, ਕਹਿੰਦੇ ਵੀਰ ਜੀ ਮੈਂ 12-12 ਘੰਟੇ ਸੌਂਦਾ ਸੀ, ਆਖੋ ਸਤਨਾਮ, ਚੰਗੀ ਨੀਂਦ ਲੈਣੀ, 11 ਘੰਟੇ, 10 ਘੰਟੇ, 12 ਘੰਟੇ, ਨਹੀਂ ਕੰਮ ਮੈਂ ਤਾਂ ਸੁੱਤਾ ਹੀ ਰਹਿ। ਕਹਿੰਦੇ ਮੇਰਾ ਭਰਾ ਤੇ ਮੇਰੇ ਪਿਤਾ ਜੀ ਡੈਡੀ ਕਹਿੰਦੇ ਮੇਰੇ ਤੋਂ ਔਖੇ ਰਹਿੰਦੇ, ਇਹ ਕੀ ਕੰਮ ਕਰੇਗਾ, ਦੁਕਾਨ ਤੇ ਹੀ ਨਹੀਂ ਆਉਂਦਾ, ਸੁੱਤਾ ਰਹਿੰਦਾ, ਔਖਾ ਰਹਿੰਦਾ। ਕਹਿੰਦੇ ਪਰਿਵਾਰ ਦੇ ਵਿੱਚ ਮੇਰੇ ਕਰਕੇ ਟੈਨਸ਼ਨ ਬੜੀ ਰਹਿੰਦੀ ਸੀ ਮੇਰੇ, ਔਰ ਕਹਿੰਦੇ ਮੈਂ ਆਪਣੀ ਆਦਤ ਤੋਂ ਬਹੁਤ ਦੁਖੀ ਸੀ। ਮੈਂ ਚਾਹੁੰਦਾ ਸੀ ਮੈਂ ਨੀਂਦ ਘਟਾਵਾਂ, ਨਹੀਂ ਘਟਾ ਸਕਦਾ ਸੀ। ਕਹਿੰਦੇ ਜਿਸ ਦਿਨ ਮੈਂ ਘੱਟ ਸੌਂਦਾ ਸੀ, 6-7 ਘੰਟੇ ਸੋਣਾ, ਕਿ ਚੱਲ ਮੈਂ ਅੱਜ ਡੈਡੀ ਨੂੰ ਨਾਰਾਜ਼ ਨਹੀਂ ਕਰਨਾ, ਬਈ ਮੈਂ ਅੱਜ ਟਾਈਮ ਸਿਰ ਦੁਕਾਨ ਤੇ। ਕਹਿੰਦੇ ਜਿਸ ਦਿਨ ਮੈਂ 7 ਘੰਟੇ ਸੌਂਦਾ ਸੀ, ਕਹਿੰਦਾ ਮੈਂ ਸਾਰਾ ਦਿਨ ਜਿਵੇਂ ਰੈਸਟਲੈਸ ਬੰਦਾ ਹੁੰਦਾ, ਦਿਮਾਗ ਫੜੀ ਰੱਖਦਾ, ਏਦਾਂ ਬੈਠਿਆ ਰਹਿੰਦਾ, ਸੁਸਤਾਇਆ ਰਹਿੰਦਾ ਸਰੀਰ।
ਜਿਹੜਾ 8 ਘੰਟੇ ਸੌਣ ਵਾਲਾ ਅਗਰ 2 ਘੰਟੇ ਸੌ ਕੇ ਉੱਠ ਜਾਵੇ ਤਾਂ ਸਾਰਾ ਦਿਨ ਉਹਦਾ ਸਰੀਰ ਸੁਸਤਾਇਆ ਜਾਂਦਾ, ਹੁਣ ਉਹ ਵਿਚਾਰਾ 12 ਘੰਟੇ ਸੌਣ ਵਾਲਾ ਤੇ ਉਹ 8 ਘੰਟੇ ਸੌ ਕੇ ਉੱਠ ਗਿਆ, ਹੁਣ 8 ਘੰਟੇ ਸੌ ਕੇ ਵੀ ਉਹ ਏਦਾਂ ਜਿਵੇਂ ਕਹਿੰਦਾ ਮੈਂ ਨਿਡਰ ਬੈਠਾ ਰਹਿੰਦਾ। ਕਹਿੰਦਾ ਮੈਂ ਬਹੁਤ ਦੁਖੀ ਸੀ ਜੀ ਸਾਹਿਬ, ਬਹੁਤ ਦੁਖੀ, ਬਹੁਤ ਜ਼ਿਆਦਾ। ਕੀ ਕਹਿੰਦੇ ਅੰਮ੍ਰਿਤ ਚੈਨਲ ਦੇ ਵਿੱਚ ਤੁਹਾਡਾ ਕੀਰਤਨ ਆ ਰਿਹਾ ਸੀ, ਅੰਮ੍ਰਿਤ ਚੈਨਲ ਦੇ ਤੁਹਾਡਾ ਕੀਰਤਨ ਆ ਰਿਹਾ। ਕਹਿੰਦੇ ਮੈਂ ਪ੍ਰਸ਼ਾਦਾ ਛਕਦਾ ਪਿਆ, ਪ੍ਰਸ਼ਾਦਾ ਛਕਦਾ ਤੇ ਤੁਸੀਂ ਵਿਸ਼ਾ ਲਾਇਆ ਹੋਇਆ ਸੀ ਵੀ ਘੱਟ ਸੌਣ ਦੇ ਬਾਰੇ, ਤੇ ਕਹਿੰਦੇ ਮੈਂ ਨਾ ਤੁਹਾਡੇ ਨਾਲ ਮਿੱਠੀ ਮਿੱਠੀ ਕਹਿੰਦੇ ਮੈਂ ਪਿਆਰੀ ਪਿਆਰੀ ਬਹਿਸ ਕੀਤੀ ਹਲਕੀ ਜੀ, ਤੁਸੀਂ ਟੀਵੀ 'ਚ ਹੋ ਤੇ ਮੈਂ ਪ੍ਰਸ਼ਾਦਾ ਛਕਦਾ, ਕਹਿੰਦਾ ਮੈਂ ਤੁਹਾਡੇ ਨਾਲ ਮਿੱਠੀ ਮਿੱਠੀ ਬਹਿਸ ਕਰ ਰਿਹਾ, ਬਹਿਸ ਇਹ ਕਰ ਰਿਹਾ ਕਿ ਵੀਰ ਜੀ ਬਈ ਹਰ ਬੰਦਾ ਹੀ ਇਹ ਕਹਿੰਦਾ ਘੱਟ ਸੋਵੋ ਘੱਟ ਸੋਵੋ ਘੱਟ ਸੋਵੋ, ਉਹ ਕਹਿੰਦੇ ਕਿਵੇਂ ਘੱਟ ਸੋਵਾਂ ਇਹ ਵੀ ਤਾਂ ਦੱਸ ਦਿਓ, ਕਹਿੰਦੇ ਹਾਲੇ ਮੈਂ ਇੰਨੀ ਗੱਲ ਕਹੀ ਕਿਵੇਂ ਸੋਵਾਂ ਇਹ ਵੀ ਦੱਸ ਦਿਓ, ਕਹਿੰਦੇ ਤੁਸੀਂ ਨਾਲ ਹੀ ਕਹਿੰਦਾ ਆਓ ਤੁਹਾਨੂੰ ਜੁਗਤੀ ਦੱਸਦਾ। ਕਹਿੰਦੇ ਮੈਂ ਹੈਰਾਨ ਹੋ ਗਿਆ ਕਿ ਯਾਰ ਇਹ ਤਾਂ ਵਿੱਚੋਂ ਹੀ ਬੋਲ ਬੋਲ ਕਮਾਲ ਹੋ ਗਈ, ਹੱਸਦਾ ਸੀ। ਕਹਿੰਦੇ ਤੁਸੀਂ ਇੱਕ ਜੁਗਤੀ ਦੱਸੀ, ਕਿਹੜੀ ਜੁਗਤੀ? ਆ ਜਿਹੜੀ ਹੁਣ ਦਾਸ ਨੇ ਦੱਸੀ ਕਿ 15-15 ਮਿੰਟ ਤੁਸੀਂ ਘਟਾਓ ਕਿ ਤੁਹਾਡਾ ਸਰੀਰ ਵੀ ਖਰਾਬ ਨਹੀਂ ਹੋਏਗਾ। ਇਹ ਸੱਚਾਈ ਹੈ ਸਾਸ, ਕਦੇ ਇੱਕਦਮ ਨੀਂਦ ਨਾ ਘਟਾਇਓ, ਕਦੇ ਹਿਲ ਜਾਓਗੇ ਤੁਸੀਂ ਮੰਜੇ ਤੇ ਬਹਿ ਜਾਓਗੇ। ਜੇ ਮੰਨ ਲਓ ਤੁਹਾਡੀ ਨੀਂਦ 7 ਘੰਟੇ ਦੀ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਮੈਂ 2 ਘੰਟੇ 'ਚ 3 ਘੰਟੇ 'ਚ ਆ ਜਾਵਾਂ ਤੇ ਤੁਸੀਂ ਰੋਜ਼ 3 ਘੰਟੇ ਸੋਣਾ ਸ਼ੁਰੂ ਕੀਤਾ 7 ਘੰਟੇ ਦੀ ਥਾਂ ਤੇ, 10 ਦਿਨ ਵੀ ਤੁਹਾਡਾ ਸਰੀਰ ਨਹੀਂ ਚੱਲੇਗਾ ਜੀ ਵੀ ਪ੍ਰੈਕਟੀਕਲ। ਤੇ ਜੇ ਇਸ ਜੁਗਤੀ ਦੇ ਨਾਲ 15 ਮਿੰਟ ਫਿਰ ਬਾਡੀ ਉਹਦੇ ਤੇ ਸੈੱਟ ਹੋ ਗਈ, ਫਿਰ 15 ਮਿੰਟ ਬਾਡੀ ਸੈੱਟ ਹੋ ਗਈ, ਫਿਰ 15 ਮਿੰਟ ਬਾਡੀ ਸੈੱਟ ਹੋ ਗਈ, ਯਕੀਨ ਜਾਣਨਾ ਭਾਵੇਂ ਤੁਸੀਂ 2 ਘੰਟੇ ਤੇ ਆ ਕੇ ਖੜੇ ਹੋ ਜਾਓ, ਆਖੋ ਸਤਨਾਮ, 2 ਘੰਟੇ ਦੀ ਨੀਂਦ ਤੇ ਆ ਕੇ ਖੜੇ ਹੋ ਜਾਓ, 2 ਘੰਟੇ ਵੀ ਨੀਂਦ ਸਾਧਸੰਗ ਲਓਗੇ ਨਾ ਸੋਵੋਗੇ ਤੁਹਾਡੀ ਬਾਡੀ ਨੂੰ ਕੋਈ ਫਰਕ ਨਹੀਂ ਪਏਗਾ। ਇਹ ਸੱਚਾਈ ਹੈ ਕਿਉਂਕਿ ਬਾਡੀ ਸੈੱਟ ਹੋ ਚੁੱਕੀ ਹੈ, ਔਰਗਨ ਜਿਹੜੇ ਅੰਦਰ ਦੇ ਔਰਗਨ ਨੇ ਉਹ ਸੈੱਟ ਹੋ ਚੁੱਕੇ ਨੇ, ਬ੍ਰੇਨ ਸੈੱਟ ਹੋ ਚੁੱਕਾ ਹੈ ਓਨੀ ਨੀਂਦ ਲੈਣ ਦਾ। ਉਹ ਕਹਿਣ ਲੱਗਾ ਕਹਿੰਦੇ ਵੀਰ ਜੀ ਤੁਸੀਂ ਜਿਹੜੀ ਜੁਗਤੀ ਦੱਸੀ ਕਿ ਹਰ ਮਹੀਨੇ 15 ਮਿੰਟ ਹਰ ਮਹੀਨੇ 15 ਮਿੰਟ ਹਰ ਮਹੀਨੇ 15 ਮਿੰਟ, ਤੇ ਮੈਂ ਕਿਹਾ ਫਿਰ ਕੀ ਬਣਿਆ ਉਹ ਜੁਗਤੀ? ਕਹਿੰਦਾ ਜੀ ਮੈਂ ਅਪਲਾਈ ਕੀਤੀ ਜਾਂਦੀ ਜੁਗਤੀ। ਕਹਿੰਦੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 4-5 ਘੰਟੇ ਮੈਂ ਨੀਂਦ ਲੈਂਦਾ ਵਾਂ, ਆਖੋ ਸਤਨਾਮ। ਧਿਆਨ ਨਾਲ ਸਤਿ ਸ੍ਰੀ ਅਕਾਲ, ਧਿਆਨ ਨਾਲ ਸੁਣੋ, 4-5 ਘੰਟੇ ਕਹਿੰਦੇ ਮੈਂ ਨੀਂਦ ਲੈਂਦਾ। ਜਦੋਂ ਉਹਨੇ ਕਿਹਾ ਨਾ 4-5 ਘੰਟੇ ਤੇ ਮੈਂ ਇੱਕਦਮ ਉਹਦੇ ਵੱਲ ਕਿੱਦਾਂ ਵੇਖਿਆ, ਮੈਂ ਕਾਇਮ ਹੈ ਵੀ ਤੂੰ ਕਹਿੰਦਾ 12 ਘੰਟੇ ਮੈਂ ਸੌਣ ਵਾਲਾ, 10 ਘੰਟੇ 11 ਘੰਟੇ ਮੈਂ ਕਾਇਮ ਹੈ 4-5 ਘੰਟੇ। ਕਹਿੰਦੇ ਆਹ ਦੇਖੋ ਤੁਹਾਡੇ ਸਾਹਮਣੇ ਐਮ ਫਿਟ ਤਕੜਾ। ਕਹਿੰਦੇ ਵੀਰ ਜੀ ਦੇ ਲਾਭ ਵੀ ਬੜੇ ਹੋਏ, ਲਾਭ ਵੀ ਬੜੇ ਹੋਏ। ਕੀ ਕਹਿੰਦੇ ਜੀ ਇਹ ਜਿਹੜਾ 4-5 ਘੰਟੇ ਦੀ ਹੁਣ ਮੈਂ ਨੀਂਦ ਲੈ ਰਿਹਾ ਤੇ ਬਾਕੀ ਜਿਹੜੀ ਨੀਂਦ ਦਾ ਸਮਾਂ, ਕਹਿੰਦੇ ਮੈਂ ਅੰਮ੍ਰਿਤ ਵੇਲੇ ਨੂੰ ਦੇ ਦਿੱਤਾ। ਹੁਣ ਅੰਮ੍ਰਿਤ ਵੇਲੇ ਮੈਂ 2.5-3 ਘੰਟੇ ਦਾ ਕਹਿੰਦਾ ਮੇਰਾ ਸਿਮਰਨ ਨਿਤਨੇਮ ਭਜਨ, ਉਹ ਜਿਹੜਾ ਨੀਂਦ ਦਾ ਸਮਾਂ ਸੀ ਅੰਮ੍ਰਿਤ ਵੇਲੇ ਦਾ, ਉਹ ਹੁਣ ਭਗਤੀ ਨੂੰ ਦੇ ਦਿੱਤਾ। ਨੀਂਦ ਵਾਲਾ ਸਮਾਂ ਭਗਤੀ ਨੂੰ ਦੇ ਦਿੱਤਾ ਤੇ ਉਸ ਤੋਂ ਬਾਅਦ ਦਾ ਜਿਹੜਾ ਸਮਾਂ ਸੀ ਉਹ ਵੀ ਸੁੱਤਾ ਰਹਿੰਦਾ ਸੀ। ਠੀਕ ਹੈ ਜੀ, 3 ਪੋਰਸ਼ਨ ਕਰ ਲਓ, ਇੱਕ ਵਾਕਈ ਨੀਂਦ ਰਾਤ ਦੀ, ਇੱਕ ਅੰਮ੍ਰਿਤ ਵੇਲਾ, ਠੀਕ ਹੈ ਜੀ, ਤੇ ਇੱਕ ਤੀਸਰਾ ਦੁਕਾਨ ਦਾ ਵੇਲਾ। ਕਹਿੰਦੇ ਹੁਣ ਮੈਂ ਆ ਨੀਂਦ ਲੈ ਰਿਹਾ ਇਹ ਵੇਲੇ ਦੀ, ਇਸ
ਸੈਕਿੰਡ ਵੇਲੇ ਨੂੰ ਮੈਂ ਦੇ ਦਿੱਤਾ ਅੰਮ੍ਰਿਤ ਵੇਲੇ ਨੂੰ ਤੇ ਥਰਡ ਦਾ ਜਿਹੜਾ ਪੋਰਸ਼ਨ ਸੀ ਨਾ ਥਰਡ ਪੋਰਸ਼ਨ ਇਹ ਵਾਲਾ ਪੋਰਸ਼ਨ ਸਾਧਸੰਗਤ ਉਹ ਕਹਿੰਦਾ ਮੈਂ ਦੇ ਦਿੱਤਾ ਦੁਕਾਨ ਨੂੰ ਆਖੋ ਸਤਨਾਮ ਦੁਕਾਨ ਕਹਿੰਦਾ ਮੇਰੀ ਨੀਂਦ 5 ਘੰਟੇ 'ਚ ਪੂਰੀ ਹੋ ਗਈ ਉਸ ਤੋਂ ਬਾਅਦ ਅੰਮ੍ਰਿਤ ਵੇਲਾ ਆਪਣਾ ਕਰ ਲਿਆ ਉਹ ਵੀ ਸਫਲਾ ਹੋ ਗਿਆ ਉਸ ਤੋਂ ਬਾਅਦ ਕਹਿੰਦਾ ਮੈਨੂੰ ਹੁਣ ਹੋਰ ਨੀਂਦ ਦੀ ਲੋੜ ਨਹੀਂ ਕਹਿੰਦਾ ਮੈਂ ਸਿੱਧਾ ਦੁਕਾਨ ਤੇ ਸਭ ਤੋਂ ਪਹਿਲੇ ਹੁਣ ਪਹੁੰਚਦਾ ਆਖੋ ਸਤਨਾਮ ਹੁਣ ਮੇਰਾ ਪਿਤਾ ਵੀ ਖੁਸ਼ ਮੇਰਾ ਭਰਾ ਵੀ ਖੁਸ਼ ਤੇ ਘਰ ਦੇ ਸ਼ਾਂਤੀ ਵੀ ਆ ਇੱਕ ਨਿੱਕੀ ਜੀ ਜੁਗਤੀ ਦੇ ਨਾਲ ਇੱਕ ਨਿੱਕੀ ਜੀ ਜੁਗਤੀ ਆ ਸਤਸੰਗ ਵਿੱਚੋਂ ਜੁਗਤੀਆਂ ਮਿਲਦੀਆਂ ਦੋ ਚੀਜ਼ਾਂ ਬਾਬਾ ਨਾਨਕ ਸਿੰਘ ਜੀ ਕਹਿੰਦੇ ਸਨ ਕਦੇ ਨਾ ਛੱਡੀ ਕਲਯੁਗ ਦਾ ਪ੍ਰਭਾਵ ਤੇਰੇ ਤੇ ਨਹੀਂ ਕਦੇ ਪੈ ਸਕਦਾ ਤੇਰੇ ਤੇ ਕਲਯੁਗ ਦਾ ਪ੍ਰਭਾਵ ਕਦੇ ਨਹੀਂ ਪੈ ਸਕਦਾ ਦੋ ਚੀਜ਼ ਕਦੇ ਨਾ ਛੱਡੀ ਪਹਿਲਾ ਸੰਗਤ ਦਾ ਕਿਲਾ ਅਸੰਗਤ ਸੰਗਤ ਦਾ ਕਿਲਾ ਨਾ ਛੱਡਿਓ ਕਦੇ ਦੂਜਾ ਨਾਮ ਦਾ ਕਵਚ ਜੇ ਸੰਗਤ ਦਾ ਕਿਲਾ ਹੋਏਗਾ ਔਰ ਨਾਮ ਦਾ ਕਵਚ ਪਾਇਆ ਹੋਏਗਾ ਕੱਲ ਜੋ ਕਿਸੇ ਤਰੀਕੇ ਦੇ ਨਾਲ ਤੁਹਾਡੇ ਕੋਲ ਨਹੀਂ ਆ ਸਕਦਾ ਕੁਝ ਨਹੀਂ ਤੁਹਾਡਾ ਵਿਗਾੜ ਸਕਦਾ ਜੀ ਸਭ ਤੋਂ ਪਹਿਲੇ ਕੱਲ ਜੋ ਸਤਸੰਗ ਤੋਂ ਤੋੜਦਾ ਹੈ ਸਤਸੰਗ ਤੋਂ ਤੋੜ ਕੇ ਸਤਸੰਗ 'ਚ ਨਾ ਜਾ ਸਕਦਾ ਇਹਦੇ ਕੰਨ ਭਲੀ ਚੀਜ਼ ਨਾ ਸੁਣ ਸਕਣ ਭਲੇ ਬੋਲ ਨਾ ਸੁਣ ਸਕਣ ਕਿਉਂਕਿ ਭਲੇ ਬੋਲ ਸੁਣਨਗੇ ਤੇ ਭਲਾ ਮੰਨੇਗਾ ਨਾ ਆਖੋ ਸਤਸੰਗ ਜਦੋਂ ਇਹਨੇ ਭਲੀਆਂ ਚੀਜ਼ਾਂ ਮੰਨਣੀਆਂ ਤੇ ਫਿਰ ਇਹਦਾ ਜੀਵਨ ਨਿਖਰੇਗਾ ਸਵਰੇਗਾ ਸਭ ਤੋਂ ਪਹਿਲਾ ਕਲਯੁਗ ਕਿੱਥੋਂ ਤੋੜਦਾ ਸਤਸੰਗ ਤੋਂ ਫਿਰ ਨਿਤਨੇਮ ਤੋਂ ਇਹ ਦੋ ਚੀਜ਼ਾਂ ਤੋਂ ਕਲਯੁਗ ਤੋੜਦਾ ਤੇ ਇਹ ਦੋ ਚੀਜ਼ਾਂ ਜਿਹਦੀਆਂ ਛੁੱਟ ਗਈਆਂ ਬਸ ਫਿਰ ਦੱਬ ਕੇ ਲੈ ਜਾਂਦਾ ਕਲਯੁਗ ਆਪਣੀ ਗ੍ਰਿਫਤ ਚ ਸਾਸਾਂ ਦੱਬ ਕੇ ਇਹਨੂੰ ਲੈ ਜਾਂਦਾ ਕਹਿੰਦੇ ਹੁਣ ਇਹ ਗਾਹਕ ਮੇਰਾ ਹੋ ਗਿਆ ਫਿਰ ਉਹਦੇ ਕੋਲ ਆਪਣੀ ਮਨਮਰਜ਼ੀ ਦੇ ਕੰਮ ਕਰਵਾਉਂਦਾ ਆਪਣੀ ਮਨਮਰਜ਼ੀ ਦੇ ਕੱਲ ਜੋ ਕੰਮ ਕਰਵਾਉਂਦਾ ਇਹ ਦੋ ਚੀਜ਼ਾਂ ਕਦੇ ਨਾ ਛੱਡਿਓ ਸਾਧ ਸੰਗਤ ਜੀ ਇੱਕ ਆਸੰਗਤ ਦਾ ਕਿਲਾ ਇੱਕ ਨਾਮ ਦਾ ਕਵਚ ਤੇ ਇਹ ਦੋਨੋਂ ਚੀਜ਼ਾਂ ਹੀ ਪੂਰੀਆਂ ਹੋ ਜਾਂਦੀਆਂ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਆਖੋ ਸਤਨਾਮ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਭਾਵੇਂ ਤੁਸੀਂ ਘਰੇ ਬਹਿ ਕੇ ਭਜਨ ਕਰਦੇ ਹੋ ਘਰੇ ਲਿੰਕ ਖੋਲ੍ਹ ਕੇ ਸਾਧਨਾ ਕਰਦੇ ਹੋ 2 ਘੰਟੇ ਦੀ ਸਾਧਨਾ ਹੁਣ 2 ਘੰਟੇ ਉਹ ਸਤਸੰਗ ਦੇ ਕਿਲੇ ਚ ਭਾਵੇਂ ਘਰ ਇਕੱਲੇ ਬੈਠੇ ਪਰ ਇਕੱਲੇ ਨਹੀਂ ਹੋ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੁਸੀਂ ਬੈਠੇ ਹੋਏ ਹੋ ਆਖੋ ਸਤਨਾਮ ਉਸ ਵੇਲੇ ਹਜ਼ਾਰਾਂ ਸਰੀਰ ਦੇ ਵਿੱਚ ਤੁਸੀਂ ਬੈਠੇ ਹੋ ਭਜਨ ਕਰ ਰਹੇ ਉਸ ਵੇਲੇ ਜੋ ਬੋਲ ਹਜ਼ਾਰਾਂ ਸਰੀਰ ਬੋਲ ਰਹੇ ਨੇ ਉਹੀ ਬੋਲ ਤੁਸੀਂ ਬੋਲ ਰਹੇ ਉਹੀ ਬੋਲ ਜੋ ਪੰਕਤੀਆਂ ਹਜ਼ਾਰਾਂ ਸਰੀਰ ਬੋਲ ਰਹੇ ਨੇ ਜਿਹੜੀਆਂ ਪੰਕਤੀਆਂ ਉਹ ਪੰਕਤੀਆਂ ਤੁਸੀਂ ਬੋਲ ਰਹੇ ਜੋ ਵਿਚਾਰ ਹਜ਼ਾਰਾਂ ਸਰੀਰ ਸੁਣਦੇ ਪਏ ਨੇ ਉਹ ਵਿਚਾਰ ਤੁਸੀਂ ਸੁਣਦੇ ਪਏ ਹੋ ਤੇ ਉਹ ਹਜ਼ਾਰਾਂ ਦੀ ਸਤਸੰਗ ਦੇ ਤੁਸੀਂ ਇੱਕ ਮੈਂਬਰ ਬਣ ਗਏ ਨਾ ਸਤਸੰਗ ਦੇ ਮੈਂਬਰ ਕਿਲੇ 'ਚ ਹੀ ਹੋ ਕਿਲੇ 'ਚ ਤੇ ਨਾਮ ਦਾ ਕਵਚ ਪਾ ਲਿਆ ਗੁਰੂ ਨਾਨਕ ਮਿਹਰ ਕਰਨ ਸਤਸੰਗ ਉਹ ਸਿੰਘ ਮੈਨੂੰ ਕਹਿਣ ਲੱਗਾ ਕਹਿੰਦੇ ਜੀ ਅੱਜ 4-5 ਘੰਟੇ ਦੀ ਮੈਂ ਨੀਂਦ ਲੈਂਦਾ ਔਰ ਬਿਲਕੁਲ ਐਨ 5 ਘੰਟੇ ਦੀ ਨੀਂਦ ਤੋਂ ਬਾਅਦ ਮੈਨੂੰ ਲੋੜ ਨਹੀਂ ਨੀਂਦ ਲੈਣ ਦੀ ਆਲਸ ਕਰਕੇ ਮੈਂ ਮੰਜੇ ਤੇ ਪਿਆ ਰਵਾਂ ਉਹ ਗੱਲ ਕਹਿੰਦੇ ਵੱਖਰੀ ਪਰ ਨੀਂਦ ਮੇਰੀ ਪੂਰੀ ਹੋ ਜਾਂਦੀ ਫਿਜ਼ੀਕਲੀ ਫਿਟਨੈਸ ਵਾਸਤੇ ਵੀ ਕਹਿੰਦੇ ਮੈਨੂੰ 5 ਘੰਟੇ ਦੀ ਨੀਂਦ ਹੁਣ ਸਫੀਸ਼ੀਐਂਟ ਕਹਿੰਦੇ ਉਹਦੇ ਨਾਲ ਮੇਰਾ ਅੰਮ੍ਰਿਤ ਵੇਲਾ ਵੀ ਬਣ ਗਿਆ ਉਹਦੇ ਨਾਲ ਮੇਰਾ ਦੁਕਾਨ ਤੇ ਜਲਦੀ ਜਾਣਾ ਵੀ ਹੋ ਗਿਆ ਕਰਮਾਂ ਵਾਲਿਓ ਕਿਸੇ ਹਾਲ ਦੇ ਵਿੱਚ ਜੇ ਨੀਂਦ ਥੋੜੀ ਕੀਤੀ ਹੈ
ਜਾਂ ਆਟੋਮੈਟਿਕਲੀ ਥੋੜੀ ਰੱਬ ਨੇ ਤੁਹਾਨੂੰ ਦਿੱਤੀ ਹੈ ਤੇ ਉਹਨੂੰ ਕਿਸ ਯੂਜ਼ ਚ ਲਓਗੇ? ਜ਼ਿਆਦਾ ਭਗਤੀ ਦੇ ਯੂਜ਼ ਚ। ਆਖੋ ਸਤਨਾਮ। ਨੀਂਦ ਥੋੜੀ ਕਿਸ ਕਰਕੇ ਕਿ ਭਗਤੀ ਜ਼ਿਆਦਾ ਹੋ ਸਕੇ? ਨੀਂਦ ਥੋੜੀ ਕਿਸ ਕਰਕੇ ਕਿ ਭਗਤੀ ਜ਼ਿਆਦਾ ਹੋ ਸਕੇ? ਨੀਂਦ ਥੋੜੀ ਇਸ ਕਰਕੇ ਨਹੀਂ ਕਿ ਮੈਂ ਖੋਤਿਆਂ ਵਾਂਗ ਕੰਮ ਹੀ ਕਰਦਾ ਰਹਾਂ, ਜਾਂ ਮੈਂ ਸੋਸ਼ਲ ਪਲੇਟਫਾਰਮ ਦੇ ਵਿੱਚ ਹੀ ਵੜਿਆ ਰਹਾਂ, ਜਾਂ ਮੈਂ ਇੱਧਰ ਉੱਧਰ ਟਾਈਮ ਵੇਸਟ ਕਰਦਾ ਰਹਾਂ। ਇਧਰੋਂ ਘੱਟ ਸੋ ਕੇ ਸਮਾਂ ਵੀ ਬਚਾਇਆ ਤੇ ਮਾੜੇ ਭਾਗ ਕਿਹੜਾ ਮੈਨੂੰ ਸਿਆਣਾ ਕਹੇਗਾ? ਥੋੜਾ ਸੋ ਕੇ ਸਮਾਂ ਵੀ ਬਚਾਇਆ ਤੇ ਉਹ ਸਮਾਂ ਬਰਬਾਦ ਵੀ ਕਰ ਦਿੱਤਾ। ਆਖੋ ਸਤਨਾਮ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਥੋੜਾ ਸੋ ਕੇ ਜ਼ਿਆਦਾ ਭਜਨ ਕਰਦਾ, ਕਹਿੰਦੇ ਮੈਂ ਘੋਲੀ ਘੋਲੀ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮੈਂ ਘੋਲੀ ਘੋਲੀ ਜਾਂਦਾ। ਕੀ ਕਹਿੰਦੇ? ਹਾਂ ਤਿਸ ਕੋਲ ਕਮਾਇਆ ਥੋੜਾ ਸਵੇ ਥੋੜਾ ਹੀ ਖਾਵੇ, ਹਾਂ ਤਿਸ ਕੋਲ ਮਾਇਆ ਥੋੜਾ ਸਵ ਥੋੜਾ ਹੀ ਥੋੜਾ ਸਵ ਥੋੜਾ ਹੀ ਖਾਵੇ, ਥੋੜਾ ਸਵ ਥੋੜਾ ਹੀ ਖਾਵੇ, ਥੋੜਾ ਸਵ ਥੋੜਾ ਬਚਨ ਕਰਿਆ ਕਰਦੇ ਸਨ। ਦਾਸ ਬਚਨ ਸਾਂਝਾ ਕਰ ਦਿੰਦਾ, ਪਤਾ ਨਹੀਂ ਕਿਹੜੇ ਬੋਲ ਕਿਹਦੇ ਲਈ ਵਰਦਾਨ ਸਾਬਤ ਹੋ ਜਾਣ। ਹੈ ਬਚਨ ਬੜਾ ਕੀਮਤੀ ਜੀ। ਕਹਿੰਦੇ ਜਿਹੜੇ ਹਾਲੀ ਨੇ, ਹਾਲੀ ਹਲਵਾਣ ਵਾਲੇ, ਮਿਹਨਤ ਕਰਨ ਵਾਲੇ, ਇਸ ਕੈਟੇਗਰੀ ਦੇ ਲੈ ਲਓ, ਕਹਿੰਦੇ ਉਹਨਾਂ ਵਾਸਤੇ 6 ਘੰਟੇ ਦੀ ਨੀਂਦ। ਤਿੰਨ ਕੈਟਾਗਰੀਆਂ ਕੀਤੀਆਂ ਬਾਬਾ ਜੀ ਨੇ, ਬਾਬਾ ਨਾਮ ਸਿੰਘ। ਜਿਹੜੇ ਹਾਲੀ ਨੇ, ਮਿਹਨਤ ਕਰਨ ਵਾਲੇ, ਜਿਹਨਾਂ ਦੀ ਫਿਜ਼ੀਕਲੀ ਤਾਕਤ ਬਹੁਤ ਲੱਗਦੀ ਹੈ, ਸਰੀਰ ਪੀੜਿਆ ਹੁੰਦਾ, ਪੂਰੀ ਜਾਨ ਲੱਗੀ ਹੁੰਦੀ, ਕਹਿੰਦੇ ਉਹਨਾਂ ਨੂੰ 6 ਘੰਟੇ। ਇਸ ਤੋਂ ਵੱਧ ਸੌਂਦਾ ਤੇ ਆਲਸੀ। ਫਿਰ ਕਹਿੰਦੇ ਸਨ ਗ੍ਰਸਤੀ, ਗ੍ਰਸਤੀ ਨੂੰ 4 ਘੰਟੇ। ਆਖੋ ਸਤਨਾਮ। ਇਸ ਤੋਂ ਵੱਧ ਸੌਂਦਾ ਤੇ ਆਲਸੀ। ਕਹਿੰਦੇ ਜਿਹੜੇ ਮਹਾਂਪੁਰਖ ਨੇ, ਰੰਗ ਰਕੜੀਆਂ ਰੂਹਾਂ ਨੇ, ਉਹਨਾਂ ਵਾਸਤੇ 2 ਘੰਟੇ। ਜੇ 2 ਘੰਟੇ ਤੋਂ ਉੱਪਰ ਸੌਂਦੇ ਨੇ ਤੇ ਕਹਿੰਦੇ ਆਲਸੀ। ਆਖੋ ਸਤਨਾਮ। ਇਹ ਵਚਨ ਬਾਬਾ ਨਾਨਕ ਸਿੰਘ ਜੀ ਕਰਿਆ ਕਰ। ਜਦੋਂ ਮੈਂ ਇਹ ਵਚਨ ਹੁਣ ਤੁਹਾਨੂੰ ਸਾਂਝਾ ਕਰਵਾ ਰਿਹਾ ਤੇ ਮੇਰਾ ਧਿਆਨ ਸਿੱਧਾ ਚਲਾ ਗਿਆ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ। ਉਹਨਾਂ ਦੇ ਮੁਰਸ਼ਦ ਨੇ ਉਹਨਾਂ ਨੂੰ ਐਸਾ ਘੜਿਆ, ਕਮਾਲ ਕਰ। ਪਟਿਆਲੇ ਜਦੋਂ ਆਏ
ਤਨ ਤਨ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਇਹ ਮੁਰਸ਼ਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦੇ, ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਪਟਿਆਲੇ ਆਏ ਤੇ ਬੈਠੇ ਸਨ ਸੰਗਤ ਵਿੱਚ। ਬਾਬਾ ਈਸ਼ਰ ਸਿੰਘ ਜੀ ਬੈਠੇ ਸਨ, ਉਦੋਂ ਨਾਮ ਸੀ ਜੀ ਗੁਲਾਬ ਸਿੰਘ, ਹਾਕੀ ਦੇ ਖਿਡਾਰੀ ਸਨ, ਰੇਸ਼ਮ ਪਾਇਆ ਕਰਦੇ ਸਨ, ਮਖਮਲਾ ਚ ਪੱਲੇ ਹੋਏ ਸਨ। ਭਾਵੇਂ ਹਾਕੀ ਦੇ ਖਿਡਾਰੀ ਸਨ ਪਰ ਸਰੀਰ ਬੜਾ ਨਾਜ਼ੁਕ ਸੀ, ਸਰੀਰ ਬਹੁਤਾ ਕਸ਼ਟ ਨਹੀਂ ਚੱਲ ਸਕਦਾ ਸੀ। ਜਦੋਂ ਮੇਲ ਹੋਇਆ ਮਨ ਮੰਨ ਗਿਆ ਕਿ ਬਈ ਪੂਰੇ ਨੇ, ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਤੇ ਮਨ ਮੰਨ ਗਏ ਤੇ ਮਹਾਂਪੁਰਖਾਂ ਨੇ ਹੁਕਮ ਲਾਇਆ ਜੀ ਬਈ ਇੱਕ ਹਜ਼ੂਰੀਆ ਸੇਵਕ ਸਾਨੂੰ ਚਾਹੀਦਾ ਜਿਹੜਾ ਬਿਲਕੁਲ ਨਾਲ ਸਾਡੇ ਰਹੇ, ਹਰ ਵੇਲੇ ਨਾਲ ਰਹੇ, ਹਜ਼ੂਰੀਆ ਹਜ਼ੂਰੀ ਚ ਰਹਿਣਾ, ਹਜ਼ੂਰੀਆ ਸੇਵਕ ਇੱਕ ਚਾਹੀਦਾ। ਤੇ ਬਾਬਾ ਈਸ਼ਰ ਸਿੰਘ ਜੀ ਖੜੇ ਹੋਏ, ਕਹਿੰਦੇ ਮਹਾਂਪੁਰਸ਼ੋ ਦਾਸ ਅੱਜ ਤੇ ਵੇਖਣ ਲੱਗੇ ਰੇਸ਼ਮ ਦੇ ਕੱਪੜਿਆਂ ਵਾਲੇ, ਕਹਿੰਦੇ ਚੱਲ ਲਏਗਾ ਚੱਲ ਲਏਗਾ, ਚਾਕਰੀ ਗਾਖੜੀ ਹੈ ਡਾਢੀ ਹੈ, ਅੱਗੋਂ ਇਹ ਨਹੀਂ ਕਿਹਾ ਹਾਂਜੀ ਹਾਂਜੀ ਕੋਈ ਨੀ ਕਰ ਲਾਂਗਾ। ਆਮ ਬੰਦਾ ਜਦੋਂ ਕੋਈ ਸਤਪੁਰ ਪੁੱਛਦਾ ਨਾ ਕਰ ਲਏਗਾ ਹਾਂਜੀ ਹਾਂਜੀ, ਤੁਸੀਂ ਵੇਖੋ ਕਿੱਦਾਂ ਹੁੰਦਾ, ਦੇਖਿਓ ਕਰਕੇ ਵਿਖਾਵਾਂਗੇ ਏਦਾਂ ਹੋਊਗਾ। ਗਲਤ ਅਸਲੀ ਜਵਾਬ ਕੀ ਹੈ ਆ ਬਾਬਾ ਈਸ਼ਰ ਸਿੰਘ ਜੀ ਨੇ ਦਿੱਤਾ, ਸਿੱਖਿਓ ਜਦੋਂ ਕਿਹਾ ਚੱਲ ਲਏਗਾ ਜੀ, ਮੇਰੀ ਤਾਂ ਹਿੰਮਤ ਨਹੀਂ, ਸਿਰ ਤੇ ਹੱਥ ਰੱਖਿਓ ਆਪ ਸੇਵਾ ਲੈ ਲਿਓ, ਆ ਕੋ ਸਤਨਾਮ ਵਾਹਿਗੁਰੂ, ਆਪ ਸੇਵਾ ਲੈ ਲੈ ਮਾਣ ਦਿੱਤਾ ਮਹਾਂਪੁਰ, ਚੱਲ ਲੈ ਗਏ ਖੱਦੜ ਦੇ ਕੱਪੜੇ ਪਵਾ, ਖੱਦੜ ਦੇ ਜੋੜੇ ਪਵਾ, ਚਾਕਰੀ ਚ ਲਾ ਲਿਆ, ਸੇਵਕ ਬਣਾ ਲਿਆ, ਸੇਵਾ ਚ ਲਾ ਲਿਆ, ਜ਼ਿਕਰ ਚ ਲਿਖਿਆ ਜੀ ਏਡੇ ਮੋਟੇ ਮੋਟੇ ਦਾਣੇ ਪਿੱਤ ਵਾਲੇ ਹੋ ਗਏ, ਕਦੇ ਖੱਦੜ ਦਾ ਕੱਪੜਾ ਪਾਇਆ ਜੀ, ਰੇਸ਼ਮ ਦਾ ਪਾਉਂਦੇ ਸਨ ਏਡੇ ਏਡੇ ਦਾਣੇ, ਸਾਰਾ ਸਾਰਾ ਦਿਨ ਸੇਵਾ ਚ ਪੀੜੀ ਰੱਖੀ, ਕਿੰਨੀ ਦੇਰ ਸੌਣ ਦੇਣਾ ਜ਼ਿਕਰ ਚ ਲਿਖਿਆ, ਕਹਿੰਦੇ 12 ਵਜੇ ਤੋਂ ਪਹਿਲੇ ਸੌਣ ਨਹੀਂ ਦੇਣਾ, 12 ਤੋਂ ਪਹਿਲੇ ਇੰਨਾ ਸਰੀਰ ਥੱਕਿਆ ਆਉਂਦਾ ਸੀ, ਕਹਿੰਦੇ ਜਾਂ ਹੁਣ ਆਰਾਮ ਕਰ, ਆਰਾਮ ਜਦੋਂ ਸਰੀਰ ਬਹੁਤ ਥੱਕਿਆ ਹੋਵੇ ਨਾ ਰੋੜਿਆਂ 'ਚ ਵੀ ਬੰਦਾ ਪੈ ਜਾਵੇ ਤੇ ਨੀਂਦ ਪੈ ਜਾਂਦੀ ਆ, ਕੋ ਸਾਧ ਨਾ ਰੋੜਿਆਂ 'ਚ ਵੀ ਪੈ ਜਾਓਗੇ ਨਾ ਤਾਂ ਨੀਂਦ ਪੈ ਜਾਂਦੀ, ਕਹਿੰਦੇ ਜਾਂ ਹੁਣ ਆਰਾਮ ਕਰ, ਕੁੜੀ ਨੀਂਦ ਦੇ ਵਿੱਚ ਜਦੋਂ ਆਰਾਮ ਕਰਨ ਲਈ ਭੇਜਣਾ ਤੇ 2 ਵਜੇ ਫਿਰ ਉਠਾ ਦੇਣਾ, 12 ਤੋਂ ਪਹਿਲੇ ਸੌਣ ਨਹੀਂ ਦੇਣਾ ਤੇ 2 ਤੋਂ ਬਾਅਦ ਵੀ ਸੌਣ ਨਹੀਂ ਦੇਣਾ, ਕੇਵਲ 2 ਘੰਟੇ ਦੀ ਨੀਂਦ ਦੇਣੀ ਆ, ਕੋ ਸਾਧ ਨਾ ਕੇਵਲ 2 ਘੰਟੇ। ਇੱਥੇ ਮੈਨੂੰ ਇੱਕ ਬਚਨ ਚੇਤੇ ਆ ਗਿਆ ਗੁਰੂ ਅਮਰਦਾਸ ਮਹਾਰਾਜ ਜੀ, ਮੈਂ ਬਚਨ ਪੜ੍ਹਦਾ ਪਿਆ ਸੀ ਮਹਾਰਾਜ ਦੇ, 2 ਚੀਜ਼ਾਂ ਮਹਾਰਾਜ ਨੇ ਕਿਹਾ, ਸੋਵੋ ਉਦੋਂ ਜਦੋਂ ਬਹੁਤ ਨੀਂਦ ਆਈ ਹੋਈ, ਉਦੋਂ ਤੁਹਾਨੂੰ ਪੈਂਦਿਆਂ ਸਾਰ ਹੀ ਨਾ ਪਤਾ ਨਹੀਂ ਲੱਗਣਾ, ਉਹ ਜਿਹੜੀ ਨੀਂਦ ਹੋਏਗੀ ਨਾ ਉਹ ਤੁਸੀਂ 2 ਘੰਟੇ 'ਚ ਫਰੈਸ਼ ਉੱਠੋ, 2 ਘੰਟੇ 'ਚ ਤੁਸੀਂ ਫਰੈਸ਼ ਉੱਠੋ। ਸੋਵੋ ਉਦੋਂ ਜਦੋਂ ਬਹੁਤ ਨੀਂਦ ਆਈ ਹੋਈ, ਨੀਂਦ ਆਈ ਹੈ ਨਾ ਬਹੁਤ ਨੀਂਦ ਆਈ, ਕਹਿੰਦੇ ਉਦੋਂ ਪੈ ਜਾਓ ਦੇਖੋ ਫਿਰ, ਕਹਿੰਦੇ ਖਾਵੋ ਉਦੋਂ ਜਦੋਂ ਬਹੁਤ ਭੁੱਖ ਲੱਗੀ ਹੋਵੇ, ਆਖੋ ਸਤਨਾਮ ਸਕੋਲ ਘੁਮਾਇਆ ਥੋੜਾ ਸਵੈ। ਗੁਰੂ ਅਮਰਦਾਸ ਮਹਾਰਾਜ ਵੀ ਇਸ਼ਾਰਾ ਕਰ ਰਹੇ ਨੇ ਇਸ ਚੀਜ਼ ਵਿੱਚ,
ਮਹਾਂਪੁਰਖਾਂ ਨੇ ਬੜਾ ਤਪਾਇਆ। ਬਾਬਾ ਅਤਰ ਸਿੰਘ ਜੀ ਰੋਇਰੂ ਸਾਹਿਬ ਵਾਲਿਆਂ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਬੜਾ ਤਪਾਇਆ। ਉਹਨਾਂ ਦੇ ਗੁਰੂ ਭਾਈ ਇੱਕ ਦਿਨ ਆਏ ਸਥਾਨ ਤੇ, ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਗੁਰੂ ਭਾਈ ਮਹਾਂਪੁਰਖ ਆਏ, ਦਾਸ ਨਾਮ ਭੁੱਲਦਾ ਪਿਆ। ਉਹਨਾਂ ਨੇ ਜਦੋਂ ਦੇਖਿਆ ਕਿ ਬਈ ਇਸ ਬਾਲਕ ਨੂੰ ਏਡਾ ਤਪਾ ਰਹੇ ਨੇ ਤੇ ਕਹਿਣ ਲੱਗੇ, ਕਹਿੰਦੇ ਮਹਾਂਪੁਰਖ ਤੁਸੀਂ ਦਇਆ ਦੇ ਸਾਗਰ, ਬਈ ਏਡੀ ਦਇਆ ਤੁਹਾਡੇ ਅੰਦਰ ਭਰੀ ਤੇ ਇਹ ਬੱਚੇ ਤੇ ਤੁਸੀਂ ਭੋਰੀ ਜੀ ਵੀ ਦਇਆ ਨਹੀਂ ਕਰਦੇ, ਮਹਾਂਪੁਰਖ ਧੰਨ ਧੰਨ। ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਕਹਿਣ ਲੱਗੇ, ਕਹਿੰਦੇ ਪਿਆਰਿਓ ਕਦੇ ਸੁਣਿਆ ਕਦੇ ਵੇਖਿਆ ਕਿ ਸੁਨਿਆਰ ਨੇ ਸੋਨੇ ਤੇ ਤਰਸ ਕੀਤਾ ਹੋਵੇ ਖੋਟ ਕੱਢਣ ਵੇਲੇ? ਕਹਿੰਦੇ ਜੇ ਤਰਸ ਕਰ ਲਏਗਾ ਤੇ ਸੋਨਾ ਖੋਟਾ ਰਹਿ ਜਾਏਗਾ ਤੇ ਕੀਮਤ ਨਹੀਂ ਪੈਣੀ। ਕੋਠਾਲੀ ਚ ਪਾਉਂਦਾ ਸੇਕ ਵਧਾਈ ਜਾਂਦਾ ਵਧਾਈ ਜਾਂਦਾ, ਉਹਦੀ ਖੋਟ ਕੱਢਦਾ ਫਿਰ ਬਾਹਰ ਕੱਢਦਾ, ਹਲੇ ਖੋਟ ਹੈ ਫਿਰ ਤਪਾਉਂਦਾ ਜਦ ਤੱਕ ਖਰਾ ਨਾ ਹੋ ਜਾਇਆ ਕੋ ਸਤਨਾਮ। ਕਹਿੰਦੇ ਇਹਨੂੰ ਖਰਾ ਕਰ ਰਹੇ ਹਾਂ, ਇੰਨਾ ਖਰਾ ਕਰ ਰਹੇ ਹਾਂ ਮਹਾਂਪੁਰਖੋ, ਦੁਨੀਆਂ ਵੇਖੇਗੀ, ਦੁਨੀਆਂ ਵੇਖੇਗੀ ਇਹ ਕੌਣ? ਕਹਿੰਦੇ ਇਹ ਰਾਜ ਜੋਗੀ ਨਿਕਲੇਗਾ ਕੋ ਸਤਨਾਮ। ਸਤਿ ਸ੍ਰੀ ਅਕਾਲ, ਰਾਜ ਜੋਗੀ ਨਿਕਲੇਗਾ ਬਈ। ਵਾਹ ਵਾਹ, ਕੇਵਲ 2 ਘੰਟੇ ਦੀ ਨੀਂਦ ਦੇਣੀ ਬਸ, ਕੇਵਲ ਔਰ 2 ਘੰਟੇ ਦੀ ਨੀਂਦ, ਬਾਕੀ ਜਿਹੜਾ ਸਮਾਂ ਉਹ ਸੇਵਾ ਤੇ ਸਿਮਰਨ ਦੇ ਵਿੱਚ, ਸੇਵਾ ਤੇ ਸਿਮਰਨ ਦੇ। ਜੇ ਕਰਮਾਂ ਵਾਲੇ ਉਹ ਨੀਂਦ ਘਟਦੀ ਹੈ ਕਿਸੇ ਤਰੀਕੇ ਨਾਲ ਘਟਾਉਂਦੇ ਹੋ। ਹੁਣ ਕਈਆਂ ਨੂੰ ਰਾਤ ਨੀਂਦ ਹੀ ਨਹੀਂ ਆਉਂਦੀ, ਨੀਂਦ ਨਹੀਂ, ਬੈਠੇ ਰਹਿੰਦੇ ਨੇ ਮੋਬਾਈਲ ਫੜ ਫੜ, ਬੈਠੇ ਰਹਿੰਦੇ ਨੇ ਟੀਵੀ ਲਾ ਕੇ, ਨੀਂਦ ਨਹੀਂ ਆ ਰਹੀ। ਭਾਈਓ ਭਜਨ ਕਰਨ ਲਈ ਫੇਰ ਲੋ 6 ਮਾਲਾ ਮੂਲ ਮੰਤਰ ਦੀਆਂ, ਵਾਹਿਗੁਰੂ ਭਜਨ ਦਾ ਜਾਪ ਕਰ ਲਓ, ਜਪਜੀ ਸਾਹਿਬ ਕਰ ਲਓ, ਚੁਪਈ ਸਾਹਿਬ ਕਰ ਲਓ। ਅੱਛਾ ਉਹ ਨਹੀਂ ਹੋਏਗਾ, ਮੋਬਾਈਲ ਖੋਲ ਕੇ 2 ਘੰਟੇ 3 ਘੰਟੇ ਬੰਦਾ ਬਰਬਾਦ ਜ਼ਰੂਰ ਕਰ ਦੇਗਾ ਕੋ ਸਤਨਾਮ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਕਹਿੰਦੇ ਜਿਹੜੇ ਥੋੜਾ ਸੋ ਕੇ ਬਹੁਤਾ ਭਜਨ ਕਰਦੇ ਨੇ, ਮੈਂ ਘੋਲੀ ਖੋਲੀ ਜਾਂਦਾ। ਕੀ ਕਹਿੰਦੇ? ਹਾਂ ਤਿਸ ਕੋਲ ਮਾਇਆ ਥੋੜਾ ਸਵੈ ਥੋੜਾ ਹੀ ਖਾਇਆ, ਹਾਂ ਤਿਸ ਕੋਲ ਤਿਸ ਕੋਲ ਮਾਇਆ ਥੋੜਾ ਸਵੈ ਥੋੜਾ ਹੀ ਖਾਵੇ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਸਭ ਅੰਗ ਪਹਿਨਦਿਆਂ ਸਭ ਅੰਗ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਚੀਜ਼ਾਂ ਦੇ ਉੱਪਰ ਜ਼ੋਰ ਦਿੱਤਾ ਉਹੀ ਚੀਜ਼ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਦੋ ਚੀਜ਼ਾਂ ਦੇ ਉੱਪਰ ਖਾਣਾ ਤੇ ਸੋਣਾ ਖਾਣਾ ਤੇ ਸੋਣਾ ਘਟਾਓ ਸਾਹਿਬ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਸਾਰੀ ਜ਼ਿੰਦਗੀ ਖਾਂਦੇ ਰਹੇ ਦੰਦ ਘਿਸ ਗਏ ਆਪੋ ਸਭ ਘਿਸ ਗਿਆ ਨਾ ਖਾਂਦਿਆਂ ਫਿਰ ਨਵੇਂ ਦੰਦ ਲਾਣੇ ਪੈਂਦੇ ਨੇ ਖਾਣ ਵਾਸਤੇ ਖਾਣ ਵਾਸਤੇ ਸਾਹਿਬ ਕਹਿੰਦੇ ਨੇ ਸਾਰਾ ਧਿਆਨ ਤੋਂ ਖਾਣ ਚ ਹੀ ਦਿੱਤਾ ਸਵੇਰੇ ਖਾ ਕੇ ਹਟਦਾ ਦੁਪਹਿਰੇ ਕੀ ਬਣਨਾ ਦੁਪਹਿਰੇ ਖਾ ਕੇ ਹਟਦਾ ਜੀ ਸ਼ਾਮ ਨੂੰ ਕੀ ਬਣਨਾ ਚਾਹ ਦੇ ਵਿੱਚ ਸ਼ਾਮ ਨੂੰ ਖਾ ਕੇ ਹਟਦਾ ਰਾਤ ਨੂੰ ਕੀ ਬਣਨਾ ਰਾਤ ਹਾਲੇ ਪੂਰੀ ਰਾਤ ਪਈ ਹੁੰਦੀ ਜੀ ਸਵੇਰੇ ਕੀ ਬਣਾਉਣਾ ਸਾਰਾ ਟਾਈਮ ਖਾਣ ਦੇ ਧਿਆਨ ਲੱਗਿਆ ਜਿਹੜੇ ਮਹਾਂਪੁਰਖ ਨੇ ਉਹ ਖਾਂਦੇ ਇਸ ਕਰਕੇ ਨੇ ਕਿ ਬਈ ਚਲੋ ਸਰੀਰ ਨੂੰ ਤੋਰਨਾ ਹੈ ਆਪੋ ਸਤਨਾਮ ਸਰੀਰ ਨੂੰ ਤੋਰਨ ਵਾਸਤੇ ਖਾਣਾ ਆ ਜੀਵ ਦਾ ਬਹੁਤਾ ਸਵਾਦ ਨਹੀਂ ਮੈਨੂੰ ਚੇਤੇ ਆ ਗਈ ਮਹਾਂਪੁਰਖਾਂ ਦੀ ਬਾਤ ਮਹਾਂਪੁਰਖਾਂ ਦਾ ਜੀਵਨ ਦਾਸ ਪੜਦਾ ਸੀ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਜਿਹੜਾ ਅਭਿਆਸ ਉਹਨਾਂ ਨੂੰ ਉਹਨਾਂ ਦੇ ਮੁਰਸ਼ਦ ਧੰਨ ਧੰਨ ਬਾਬਾ ਮਾਰ ਰਾਮ ਸਿੰਘ ਜੀ ਨੇ ਕਰਾਇਆ ਸਾਸਕ ਕੰਨੀ ਹੱਥ ਕੰਨੀ ਵਾਕਈ ਮੁਰਸ਼ਦ ਉਹ ਜਿਹੜਾ ਆਪਣੇ ਮੁਰੀਦ ਨੂੰ ਘੜੇ ਘੜੇ ਔਰ ਮੁਰੀਦ ਵਾਕਈ ਉਹ ਜਿਹੜਾ ਮੁਰਸ਼ਦ ਦੇ ਹੱਥੇ ਚੜੇ ਆਪੋ ਸੱਤ ਨਾਮ ਹੱਥੇ ਕਈ ਵਾਰੀ ਮੁਰਸ਼ਦ ਤਿਆਰ ਹੁੰਦਾ ਘੜਨ ਵਾਸਤੇ ਹੁਣ ਘੜਨ ਵਾਸਤੇ ਤਾਂ ਸੱਟਾਂ ਮਾਰਨੀਆਂ ਪੈਣਗੀਆਂ ਚੋਟ ਤਾਂ ਦੇਣੀ ਪਈ ਮੂਰਤੀਕਾਰ ਨੇ ਇੱਕ ਪੱਥਰ ਨੂੰ ਮੂਰਤੀ ਬਣਾਉਣਾ ਤੇ ਪੱਥਰ ਨੂੰ ਚੋਟ ਤਾਂ ਖਾਣੀ ਪਏਗੀ ਸਰਨੀ ਪਏਗੀ ਔਰ ਫਿਰ ਇਹਨਾਂ ਚੋਟਾਂ ਦੇ ਵਿੱਚ ਸਭ ਤੋਂ ਪਹਿਲੇ ਵੱਡੀਆਂ ਚੋਟਾਂ ਆਉਂਦੀਆਂ ਵੱਡੀਆਂ ਸੱਟਾਂ ਆਉਂਦੀਆਂ ਤੁਸੀਂ ਕਦੇ ਵੇਖਿਆ ਬਹੁਤ ਵੱਡਾ ਪੱਥਰ ਹੋਵੇ ਤੇ ਮੂਰਤੀਕਾਰ ਟੁੱਚ 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 ਲੱਗਿਆ ਨਹੀਂ ਪਹਿਲੇ ਮਾਰਦਾ ਸੱਟ ਆ ਫਾਲਤੂ ਪੱਥਰ ਕੱਢੇ ਇੱਧਰ ਮਾਰਦਾ ਸੱਟ ਆ ਫਾਲਤੂ ਪੱਥਰ ਕੱਢੇ ਜਦੋਂ ਉਹਨਾਂ ਕੋ ਟੋਟਾ ਰਹਿ ਜਾਣਾ ਜਿਹਦੇ ਚ ਉਹਨੇ ਮੂਰਤੀ ਬਣਾਉਣੀ ਉੱਥੋਂ ਫਿਰ ਟੁੱਚ ਟੁੱਚ ਸ਼ੁਰੂ ਕਰਦਾ ਤੇ ਫਿਰ ਇਕੱਲੇ ਇਕੱਲੇ ਚੀਜ਼ ਦੀ ਨਿਕਾਸ਼ੀ ਕਰਦਾ ਫਿਰ ਅੱਖਾਂ ਉਹਦੀਆਂ ਕੱਢਦਾ ਹੱਥ ਬਣਾਉਂਦਾ ਉਂਗਲਾਂ ਬਣਾਉਂਦਾ ਆਹ ਕਰਦਾ ਆਹ ਕਰਦਾ ਏਦਾਂ ਹੀ ਹੁੰਦਾ ਨਾ
ਪਹਿਲੇ ਵੱਡੀਆਂ ਸਨ। ਮੁਰਸ਼ਦ ਵੀ ਇਹੀ ਕੁਝ ਕਰਦੇ। ਜੇ ਕਿਸੇ ਨੂੰ ਪੂਜਣ ਤੱਕ ਪਹੁੰਚਾਉਣਾ ਹੈ ਨਾ, ਆ ਜੈ ਜੈਕਾਰ ਹੋ ਰਹੀ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਦੀ, ਐਵੇਂ ਨਹੀਂ ਹੋ ਰਹੀ। ਘੜਿਆ ਮੁਰਸ਼ਦ ਨੇ ਸਾਸਨ ਘੜਿਆ, ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨੂੰ ਘੜਿਆ। ਇੱਕ ਰੋਟੀ ਦੇਣੀ ਪੂਰੇ ਦਿਨ ਚ, ਇੱਕ ਦਿਨ ਚ ਇੱਕ ਰੋਟੀ ਪੂਰੀ, ਔਰ ਉਹ ਵੀ ਸਾਧ ਸੰਗਤ ਲਿਖਤ ਚ ਲਿਖਿਆ ਬਈ ਰੋਟੀ, ਬਈ ਦੇਣੀ ਤੇ ਪਾਣੀ ਚ ਪਾ ਦੇਣਾ। ਉਸ ਰੋਟੀ ਨੂੰ ਭਿਗੋ ਕੇ ਫਿਰ ਬਾਬਾ ਨਾਨਕ ਸਿੰਘ ਜੀ ਨੇ ਆਖੋ ਸਤਸੰਗ, ਇੱਕ ਰੋਟੀ ਭੁੱਖ ਤੇ ਕੰਟਰੋਲ ਕਰਵਾਇਆ ਤੇ ਨੀਂਦ ਤੇ ਕੰਟਰੋਲ, ਦੋ ਚੀਜ਼ਾਂ ਦਾ ਅਭਿਆਸ ਬਾਬਾ ਜੀ ਨੇ ਰੱਜ ਕੇ ਕਰਵਾਇਆ ਜੀ। ਦੋ ਚੀਜ਼ਾਂ, ਇਹ ਦੋ ਚੀਜ਼ਾਂ ਦਾ ਅਭਿਆਸ ਇਸ ਕਰਕੇ ਕਰਾਇਆ ਕਿ ਨਾਮ ਦਾ ਅਭਿਆਸ ਬਹੁਤ ਜ਼ਿਆਦਾ ਹੋ ਸਕੇ। ਆਖੋ ਸਤਨਾਮ, ਖਾਲੀ ਧਿਆਨ ਖਾਣ ਚ ਨਾ ਵੜਿਆ ਹੋਇਆ, ਧਿਆਨ ਖਾਣ ਚ ਵੜਿਆ ਰਹੇਗਾ ਤੇ ਗੁਰੂ ਨਾਨਕ ਧਿਆਨ ਚ ਕਿੱਥੋਂ ਆਣਗੇ। ਆਖੋ ਸਤਨਾਮ, ਗੁਰੂ ਨਾਨਕ ਧਿਆਨ ਚ ਕਿੱਥੋਂ ਆਣਗੇ ਜੇ ਮੇਰਾ ਧਿਆਨ ਹੀ ਖਾਣ ਵਾਲੇ ਪਾਸੇ ਵੜਿਆ ਰਿਹਾ, ਤੇ ਜੇ ਮੇਰਾ ਧਿਆਨ ਹੀ ਸੌਣ ਵਾਲੇ ਪਾਸੇ ਵੜਿਆ ਰਿਹਾ, ਤੇ ਫਿਰ ਮੈਂ ਕਿੱਥੇ ਗੁਰੂ ਨਾਨਕ ਦੀ ਗੋਦੀ ਚ ਬੈਠ ਕੇ ਰਸ ਮਾਣਾ, ਕਿੱਥੇ ਮਾਣਾ। ਇਹ ਦੋ ਚੀਜ਼ਾਂ ਭਗਤੀ ਚ ਵਿਘਨ ਪਾਉਂਦੀਆਂ ਨੇ, ਔਰ ਇਹ ਦੋਨੋਂ ਚੀਜ਼ਾਂ ਨੂੰ ਕੰਟਰੋਲ ਕਰਨਾ ਜਿਹੜੇ ਰੰਗੇ ਮਹਾਂਪੁਰਖ ਉਹ ਸਿਖਾਉਂਦੇ। ਭੁੱਖ ਨੂੰ ਜਿਤਾਇਆ, ਨੀਂਦ ਨੂੰ ਜਿਤਾਇਆ ਧੰਨ ਧੰਨ ਬਾਬਾ ਮਾਰ ਨਾਮ ਸਿੰਘ ਜੀ ਨੇ, ਬਾਬਾ ਨਾਨਕ ਸਿੰਘ ਜੀ। ਅੱਛਾ ਇੱਕ ਚੀਜ਼ ਹੈ, ਭੁੱਖ ਨੂੰ ਫਿਰ ਵੀ ਆਪਾਂ ਜਿੱਤ ਸਕਦੇ ਪਰ ਨੀਂਦ ਨੂੰ ਬੜਾ ਔਖਾ, ਨੀਂਦ ਨੂੰ ਬਹੁਤ ਔਖਾ, ਬਹੁਤ ਔਖਾ। ਪਰ ਜੇ ਪ੍ਰੈਕਟਿਸ ਕਰੋ, ਅਭਿਆਸ ਕਰੋ, ਫਿਰ ਇਹ ਦੋ ਚੀਜ਼ਾਂ ਐਸੀਆਂ ਨੇ, ਜਿੰਨਾ ਮਰਜ਼ੀ ਵਧਾ ਲਓ ਜਿੰਨਾ ਮਰਜ਼ੀ ਘਟਾ ਲਓ, ਇਹ ਵੀ ਗੱਲ ਸੱਚੀ। ਜਿੰਨਾ ਮਰਜ਼ੀ ਭੁੱਖ ਵਧਾ ਲਓ, ਜਿੰਨੀ ਮਰਜ਼ੀ ਭੁੱਖ ਘਟਾ ਲਓ ਹੱਥ ਚ, ਜਿੰਨੀ ਮਰਜ਼ੀ ਨੀਂਦ ਵਧਾ ਲਓ, ਜਿੰਨੀ ਮਰਜ਼ੀ ਨੀਂਦ ਘਟਾ ਲਓ ਹੱਥ ਚ, ਪਰ ਕਰਨਾ ਅਭਿਆਸ ਪਏ, ਅਭਿਆਸ ਕਰਨਾ ਪਏ। ਇੱਕ ਛੱਪੜੀ ਹੁੰਦੀ ਸੀ ਜੀ, ਛੱਪੜੀ ਛੱਪੜੀ ਤੇ ਨਾ ਪੇੜ ਸੀ, ਉਹਦੀ ਟਾਣ ਛੱਪੜ ਦੇ ਉੱਪਰ ਜਾਂਦੀ ਸੀ, ਜਿਹੜੀ ਇੱਕ ਟਾਣ ਨੀਚੇ ਛੱਪੜ ਉੱਪਰ ਟਾਣ। ਤੇ ਬਾਬਾ ਮਾਰ ਨਾਮ ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਨੂੰ ਉਹ ਟਾਣ ਦੇ ਉੱਪਰ ਬਾ ਦੇਣਾ ਕਿ ਬੈਠ ਸਾਰੀ ਰਾਤ, ਉਹ ਟਾਣ ਦੇ ਉੱਪਰ ਬਹਿਣਾ, ਹੁਣ ਜਿੱਥੇ ਨੀਂਦ ਆਣੀ ਠਾ ਥੱਲੇ, ਆਖੋ ਸਤਨਾਮ, ਠਾ ਥੱਲੇ, ਫਿਰ ਟਾਣ ਤੇ ਬਹਿ, ਫਿਰ ਅਭਿਆਸ ਕਰਨਾ, ਭਗਤੀ ਕਰਨੀ, ਜਿੱਥੇ ਨੀਂਦ ਆਣੀ ਝੋਂਕ ਪੈਣੀ ਠਾ ਥੱਲੇ। ਜਿਹੜੇ ਪਿੰਡ ਵਾਲਿਆਂ ਨੇ ਸਵੇਰੇ ਆ ਕੇ ਨਾ ਬਾਬਾ ਧੰਨ ਧੰਨ ਬਾਬਾ ਮਾਰ ਨਾਮ ਸਿੰਘ ਨੂੰ ਕਹਿਣਾ, ਕਹਿੰਦਾ ਬਾਬਾ ਜੀ ਛੱਪੜੀ ਚੋਂ ਸਾਰੀ ਰਾਤ ਛੱਪ ਛੱਪ ਦੀ ਆਵਾਜ਼ ਆ ਰਹੀ, ਛੜਪ ਛੜਪ ਦੀ ਆਵਾਜ਼ ਆ ਰਹੀ, ਪਤਾ ਨੀ ਕੋਈ ਜਿਵੇਂ ਕੋਈ ਡਿੱਗਦਾ ਪਿਆ ਹੋਵੇ ਬਾਰ ਬਾਰ। ਕਹਿੰਦੇ ਕੋਈ ਨੀ ਕੋਈ ਨੀ, ਰਿੱਖੀ ਜੀ ਨੂੰ ਅਭਿਆਸ ਕਰਾਉਂਦੇ ਪਏ, ਆਖੋ ਸਤਨਾਮ, ਅਭਿਆਸ ਕਰਾਉਂਦੇ ਪਿਆਰ ਚ ਧੰਨ ਧੰਨ ਬਾਬਾ ਮਾਰ ਨਾਮ ਸਿੰਘ ਜੀ, ਬਾਬਾ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੂੰ ਰਿੱਖੀ ਜੀ ਕਿਹਾ ਕਰਦੇ। ਇੱਕ ਸਮਾਂ ਆ ਗਿਆ ਸਾਸਨ, ਪਹਿਲੇ ਕਿੰਨੀਆਂ ਆਵਾਜ਼ਾਂ ਠਾ ਠਾ ਥੱਲੇ, ਛੜਪ ਥੜਪ ਦੀ ਆਵਾਜ਼। ਇੱਕ ਸਮਾਂ ਆ ਗਿਆ ਬਾਬਾ ਨੰਦ ਸਿੰਘ ਜੀ ਟਾਣ ਤੇ ਬੈਠੇ ਨੇ ਤੇ ਸਾਰੀ ਰਾਤ ਚ ਇੱਕ ਵਾਰ ਵੀ ਛੜਪ ਦੀ ਆਵਾਜ਼ ਨਹੀਂ ਆਇਆ, ਕੋ ਸਤਨਾਮ, ਸਾਰੀ ਰਾਤ ਏਦਾਂ ਸੁਚੇਤਤਾ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ ਭਗਤੀ ਕਰ, ਭਗਤੀ ਕਰ, ਨੀਂਦ ਨੂੰ ਵਸ ਵਿੱਚ ਕੀਤਾ, ਭੁੱਖ ਨੂੰ ਬਸ ਵਿੱਚ। ਸਤਸੰਗ ਜੀ,
ਇਹ ਬੜੀ ਵੱਡੀ ਭਗਤੀ ਹੈ, ਬੜੀ ਵੱਡੀ ਇਹ ਚੀਜ਼ ਕਮਾਈ ਹੈ ਸਤਸੰਗ ਜੀ। ਇਹ ਬੜਾ ਵੱਡਾ ਗੁਣ ਹੈ ਕਿ ਜੇ ਨੀਂਦ ਘੱਟ ਜਾਏ, ਭੁੱਖ ਘੱਟ ਜਾਏ, ਪਰ ਇਹ ਕਿਸ ਵਾਸਤੇ? ਬਾਬਾ ਆਨੰਦ ਸਿੰਘ ਜੀ ਨੇ ਜੇ ਨੀਂਦ ਜਿੱਤੀ, ਜੇ ਭੁੱਖ ਜਿੱਤੀ, ਕਿਸ ਵਾਸਤੇ? ਕਿ ਸਿਮਰਨ ਵੱਧ ਤੋਂ ਵੱਧ ਹੋਵੇ, ਭਜਨ ਵੱਧ ਤੋਂ ਵੱਧ ਹੋਵੇ, ਨੇਮ ਵੱਧ ਤੋਂ ਵੱਧ ਹੋਵੇ, ਗੁਰੂ ਨਾਨਕ ਦੇ ਚਰਨਾਂ ਦਾ ਰਸ ਵੱਧ ਤੋਂ ਵੱਧ ਮਾਣਿਆ ਜਾਵੇ। ਆਪ ਸਤਨਾਮ ਹਾਂ ਤਿਸ ਕੋਲ ਕੁਮਾਇਆ ਥੋੜਾ ਸਵੇ ਥੋੜਾ ਹੀ ਖਾਵੇ, ਹਾਂ ਤਿਸ ਕੋਲ ਕੁਮਾਇਆ ਥੋੜਾ ਸਵੇ ਥੋੜਾ ਹੀ ਖਾਵੇ, ਹਾਂ ਤਿਸ ਕੋਲ ਕੁਮਾਇਆ ਥੋੜਾ ਸਵੇ ਥੋੜਾ ਹੀ ਖਾਵੇ, ਹਾਂ ਤਿਸ ਕੋਲ ਕੁਮਾਇਆ ਥੋੜਾ ਸਵੇ ਥੋੜਾ ਹੀ ਖਾਵੇ, 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 ਆਉਂਦੇ ਸੋਲ ਥੋੜਾ ਹੀ ਖਾਵੇ, ਕੋਲ ਕੁਮਾਇਆ ਥੋੜਾ ਸਵੇ ਥੋੜਾ ਹੀ ਖਾਵੇ। ਅਰਦਾਸ ਕਰੀਏ ਜੇ ਭੁੱਖ ਲੱਗੇ ਤੇ ਸੱਚੇ ਨਾਮ ਦੀ ਭੁੱਖ ਲੱਗੇ, ਨਾਮ ਦੀ ਭੁੱਖ, ਬੰਦਗੀ ਦੀ ਭੁੱਖ ਲੱਗੇ, ਸੋਚਾਂ ਵਿੱਚ ਲਿਆਈਏ ਫਿਰ ਕਰਨੀ ਚ ਲਿਆਈ ਕਿ ਅੱਜ ਮੈਂ ਕਿਹੜਾ ਕਿਹੜਾ ਨੇਮ ਕਰਨਾ। ਛੋਟੇ ਛੋਟੇ ਬੈਨ ਲਾਇਆ ਕਰੋ, ਮੇਰੀ ਵੀ ਅਰਦਾਸ ਕਰੋ ਕਿ ਇਹ ਬੋਲ ਨਿਭ ਸਕੇ। ਹਫਤੇ ਚ ਇੰਨੀਆਂ ਮਾਲਾ ਫੇਰ, ਅੱਜ ਸੋਮਵਾਰ ਸ਼ੁਰੂ ਹੋਇਆ, ਵਾਹਿਗੁਰੂ ਜੀ ਐਤਵਾਰ ਤੱਕ ਇੰਨੇ ਬਾੜ ਜਪਜੀ ਸਾਹਿਬ ਦੇ ਕਰਨੇ, ਫਿਰ ਐਤਵਾਰ ਉਹਦੀ ਅਰਦਾਸ ਕਰੋ, ਫਿਰ ਸੋਮਵਾਰ ਸ਼ੁਰੂ ਹੋਇਆ ਇੰਨੀਆਂ ਮਾਲਾ ਫੇਰ ਨਹੀਂ ਹੈ ਉਹਦੀ ਅਰਦਾਸ। ਨਿੱਕੇ ਨਿੱਕੇ ਆਰ ਲਾਇਆ ਕਰੋ ਆਪਣੇ ਆਪ, ਇਹਦੀ ਭੁੱਖ ਲੱਗੇ, ਭੁੱਖ ਲੱਗੇ। ਅੱਛਾ ਇੱਕ ਚੀਜ਼ ਹੋਰ ਤੁਸੀਂ ਕਦੇ ਗੌਰ ਕਰਨਾ, ਜਦੋਂ ਬੈਨ ਲਾਇਆ ਹੁੰਦਾ ਨਾ, ਬੈਨ ਲਾਇਆ ਹੁੰਦਾ, ਫਿਰ ਮਨ ਦੇ ਚ ਖਿੱਚ ਵੀ ਹੁੰਦੀ ਹੈ ਕਿ ਮੈਂ ਨੇਮ ਕਰਨਾ, ਮੈਂ ਨੇਮ ਕਰਨਾ, ਰਹਿ ਨਾ ਜਾਏ, ਰਹਿ ਨਾ ਜਾਏ। ਔਰ ਜੇ ਬੈਨ ਨਹੀਂ ਲਾਇਆ ਹੁੰਦਾ, 100% ਲਿਖ ਲਓ ਜੀ, ਨਹੀਂ ਖਿੱਚ ਪਏਗੀ, ਨਹੀਂ ਖਿੱਚ ਪਏਗੀ। ਜਿੰਨਾ ਤੁਸੀਂ ਨੇਮ ਕਰ ਰਹੇ ਹੋ ਬਸ ਓਨਾ ਹੀ ਰਹੇਗਾ। ਤੁਸੀਂ ਹੁਣ ਮਿੱਥ ਲਓ ਕਿ ਬਈ ਮੈਂ 4 ਮਹੀਨਿਆਂ 'ਚ 1.25 ਲੱਖ ਮੂਲ ਮੰਤਰ ਦਾ ਜਾਪ ਕਰਨਾ, 4 ਮਹੀਨੇ। ਹੁਣ ਤੁਸੀਂ ਸਫ਼ਰ 'ਚ ਹੋਵੋਗੇ, ਤੁਸੀਂ ਕਿਤੇ ਹੋਵੋਗੇ ਨਾ, ਮਾਲਾ ਤੁਹਾਡੇ ਹੱਥ 'ਚ ਹੋਣੀ, ਮੀਟਰ ਤੁਹਾਡੇ ਹੱਥ 'ਚ ਹੋਣਾ। ਤੁਸੀਂ ਮਿੱਥ ਲਓ ਵੀ ਮਹੀਨੇ 'ਚ ਮੈਂ 250 ਪਾਠ ਜਪਜੀ ਸਾਹਿਬ ਦੇ ਕਰਨੇ ਹੀ ਕਰਨਾ। ਤੁਸੀਂ ਕਿਤੇ ਵੀ ਹੋਵੋਗੇ, ਅੱਜ ਮੇਰੇ ਇੰਨੇ ਪਾਠ ਰਹਿ ਗਏ, ਅੱਜ ਮੇਰੇ। ਅਗਰ ਤੁਹਾਨੂੰ ਲੱਗੇਗਾ ਨਾ ਕਿ ਬਈ ਹੁਣ ਨਾਟਕ ਸਮਾਂ ਆ ਰਿਹਾ ਔਰ ਇੱਧਰ ਮੇਰਾ ਨੇਮ ਰਹਿੰਦਾ, ਧਿਆਨ ਦੇਣਾ। ਅਗਰ ਤੁਹਾਡਾ ਕੋਈ ਨਾਟਕ ਚੇਟਕ ਦਾ ਸਮਾਂ ਬਣਿਆ ਪਿਆ,
ਔਰ ਉਧਰ ਤੁਹਾਡਾ ਨੇਮ ਪੈਂਡਿੰਗ ਹੈ। ਯਕੀਨ ਜਾਣਨਾ ਜਦੋਂ ਨੇਮ ਪੈਂਡਿੰਗ ਹੋਏਗਾ ਇਹ ਸਾਰੀਆਂ ਚੀਜ਼ਾਂ ਬੰਦਾ ਨਾਟਕ ਜੇਟਕਾਂ ਤੋਂ ਉੱਪਰ ਉੱਠ ਜਾਂਦਾ, ਸਮਾਂ ਨਹੀਂ ਬਰਬਾਦ ਕਰਦਾ, ਕਿਉਂਕਿ ਉਹਨੂੰ ਪਤਾ ਕਿ ਮੈਂ ਨੇਮ ਕਰਨਾ ਭੁਗਤਾਉਣਾ ਆਪੋ ਸਤ ਨਾਮ, ਭਾਵੇਂ ਦੇਖੋ ਧੱਕੇ ਦੇ ਨਾਲ ਹੀ ਕੀਤਾ। ਕਈ ਕਹਿਣਗੇ ਜੀ ਧੱਕੇ ਦੇ ਨਾਲ ਹੀ ਕਰੀ ਜਾਂਦੇ, ਉਹਦਾ ਮਨ ਨਹੀਂ ਲੱਗਿਆ ਤੇ ਕੀ ਫਾਇਦਾ? ਫਾਇਦਾ ਬੜਾ ਹੈ ਜੀ, ਫਾਇਦਾ ਬੜਾ। ਮੈਨੂੰ ਇੱਕ ਗੱਲ ਦੱਸੋ, ਦਵਾਈ ਕੋਈ ਸ਼ੌਂਕ ਦੇ ਨਾਲ ਖਾਂਦਾ? ਕਿਸੇ ਨੇ ਕਿਹਾ ਅੱਜ ਮੈਨੂੰ ਪੈਰਾਸੀਟਾਮੋਲ ਦੀ ਦਹੀਂ ਮੇਰਾ ਮਨ ਕਰ ਰਿਹਾ ਖਾਣ ਦਾ, ਅੱਜ ਆਹ ਦਵਾਈ ਦਹੀਂ ਕਿਡਨੀ ਦੀ ਅੱਜ ਮੇਰਾ ਮਨ ਕਰ ਰਿਹਾ ਖਾਣ ਦਾ, ਦਹੀਂ ਮੈਨੂੰ ਲੀਵਰ ਦੀ ਦਵਾਈ ਦਹੀਂ ਮੈਨੂੰ ਅੱਜ ਬੜਾ ਮਨ ਕਰ ਰਿਹਾ ਖਾਣ ਦਾ, ਕੋਈ ਬੋਲਿਆ ਕਰਿਆ ਕਿਸੇ ਨੇ? ਸਗੋਂ ਦਵਾਈਆਂ ਤੋਂ ਭਜਦੇ ਆ, ਦਵਾਈਆਂ ਤੋਂ ਭਜਦੇ, ਕਿਸੇ ਦਾ ਮਨ ਨਹੀਂ ਕਰਦਾ ਦਵਾਈਆਂ ਖਾਣ ਦਾ, ਮਨ ਕਰਦਾ? ਬੇਦਿਲੀਆਂ ਦਵਾਈਆਂ ਖਾਂਦੇ ਆ, ਪਰ ਕੰਮ ਕਰਦੀ ਕਿ ਨਹੀਂ ਕਰਦੀ ਦਵਾਈ? ਕਰਦੀ ਨਹੀਂ। ਬੇਮੰਨੇ ਦਵਾਈ ਖਾਧੀ ਪਰ ਕੰਮ ਕਰ ਗਈ। ਬਹੁਤ ਸਿਰ ਦਰਦ ਹੁੰਦਾ ਨਾ, ਬੱਚੇ ਨੂੰ ਕਹਿੰਦੇ ਆ ਬੇਟਾ ਦਵਾਈ ਖਾ ਲੈ, ਮਨ ਨਹੀਂ ਕਰ। ਬੇਟਾ ਦਵਾਈ ਖਾ ਲੈ ਤਾਂ ਹੀ ਠੀਕ, ਮੈਂ ਮਨ ਨਹੀਂ ਕਰ ਰਿਹਾ। ਬੇਟਾ ਦਵਾਈ ਖਾ ਠੀਕ ਹੋਏਗਾ, ਦਵਾਈ ਖਾਂਦਾ ਸੋ ਜਾਂਦਾ ਚਾਰ ਘੰਟੇ ਬਾਅਦ, ਰੱਜ ਮਨ ਨਹੀਂ ਸੀ, ਧੱਕੇ ਨਾਲ ਦਵਾਈ ਖਾਧੀ, ਹੋ ਗਿਆ ਨਾ ਰੱਜ। ਤੁਹਾਡਾ ਮਨ ਨਹੀਂ ਵੀ ਆ ਬਾਣੀ ਪੜਨ ਦਾ, ਧੱਕੇ ਨਾਲ ਨਾਮ ਦੀ ਦਵਾਈ ਖਾਓ, ਰਾਜੀ ਹੋ ਗਿਆ ਕੋ ਸਤਨਾਮ ਹੋ ਗਿਆ ਰਾਜੀ। ਇੱਕ ਛੋਟੀ ਜੀ ਗੋਲੀ ਧੱਕੇ ਨਾਲ ਖਾ ਕੇ ਰੋਗ ਦੂਰ ਹੁੰਦੇ, ਤੇ ਆਹ ਤਾਂ ਪਰਮੇਸ਼ਰ ਦੀ ਬਾਣੀ, ਪਰਮੇਸ਼ਰ ਦੀ ਬਾਣੀ, ਜੈਸੀ ਮੈਂ ਆਵੇ ਖਸਬ ਕੀ ਬਾਣੀ। ਉਹ ਇਹਨੂੰ ਧੱਕੇ ਨਾਲ ਜਪ ਲਓ, ਪਿਆਰ ਨਾਲ ਜਪ ਲਓ, ਇਹਨੇ ਭਲਾ ਕਰਨਾ ਹੀ ਕਰਨਾ ਜੀ, ਆਹ ਕੋ ਸਤਨਾਮ ਕਰਨਾ ਹੀ ਕਰਨਾ। ਇਸ ਲਈ ਡੱਟ ਕੇ ਪੈਰਾ ਲਾ, ਦੁਨਿਆਵੀ ਭੋਜਨ ਜ਼ਿਆਦਾ ਖਾਓਗੇ ਬਿਮਾਰ ਹੋਵੋਗੇ, ਦੁਨਿਆਵੀ ਭੋਜਨ ਜ਼ਿਆਦਾ ਖਾਓਗੇ ਰੋਗੀ ਬਣੋਗੇ, ਸੱਚਾਈ ਹੈ ਸਾਸਨ। ਸ਼ੂਗਰ ਹੋਵੇ ਕਿਸੇ ਨੂੰ, ਉਹ ਕੋਲਡ ਡਰਿੰਕ ਤੇ ਕੋਲਡ ਡਰਿੰਕ ਪੀ ਜਾਵੇ, ਤਲਿਆ ਖਾਈ ਜਾਵੇ, ਆਹ ਵੀ ਖਾਈ ਜਾਵੇ, ਉਹ ਵੀ ਖਾਈ ਜਾਵੇ, ਉਹਨੇ ਹੋਰ ਰੋਗੀ ਬਣਨਾ। ਬੀਪੀ ਹੈ, ਹੁਣ ਜਿਹੜੀ ਚੀਜ਼ ਬੀਪੀ 'ਚ ਨਹੀਂ ਖਾਣੀ ਉਹਨੂੰ ਸਵਾਦ ਲੱਗਦੀ, ਉਹ ਦੱਬ ਖਾਈ ਜਾ ਰਿਹਾ ਖਾਈ ਜਾ ਰਿਹਾ, ਤੇ ਬੀਬੀ ਤਾਂ ਠਾਂ ਤਾਂ ਹੋਏਗਾ ਹੀ ਨਾ, ਹੋਰ ਮਰੇਗਾ, ਹੋਰ ਰੋਗੀ ਹੋਏਗਾ। ਜਿੰਨਾ ਜ਼ਿਆਦਾ ਖਾਓਗੇ ਦੁਨਿਆਵੀ ਭੋਜਨ ਓਨੇ ਰੋਗੀ ਹੋਵੋਗੇ, ਰੋਗ ਵਧਣਗੇ। ਪਰ ਲਿਖ ਲਓ, ਜਿੰਨਾ ਨਾਮ ਦਾ ਭੋਜਨ ਵੱਧ ਖਾਓਗੇ ਓਨੇ ਰੋਗ ਘਟਾਓਗੇ, ਆਖੋ ਸਤਨਾਮ। ਰੋਗ ਘਟਾਓ, ਰੋਗ ਰਹਿਤ ਹੋਵੋਗੇ ਜਿੰਨਾ ਨਾਮ ਦਾ ਭੋਜਨ ਖਾਓਗੇ। ਰਜ ਰਜ ਭੋਜਨ ਖਾਵੋ ਮੇਰੇ ਭਾਈ, ਮਹਾਰਾਜ ਕਹਿੰਦੇ ਇਹ ਉਹ ਭੋਜਨ ਨਹੀਂ ਦੁਨਿਆਵੀ ਭੋਜਨ, ਨਾਮ ਦਾ ਭੋਜਨ, ਬਾਣੀ ਦਾ ਸਿਮਰਨ ਦਾ। ਕਹਿੰਦੇ ਰਜ ਰਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਰਿਧਮਾਏ ਸੁਮਾਏ, ਬਰਕਤ ਪਏਗੀ, ਬਖਸ਼ਿਸ਼ ਪਏਗੀ ਸਤਸੰਗ, ਕਿਰਪਾ ਹੋਏਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਮੈਂ ਕੋਲੀ ਕੋਲੀ ਜਾਵਾਂ, ਕੋਲੀ ਕੋਲੀ ਹਾਂ, ਤਿਸ ਕੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾ, ਹਾਂ ਤਿਸ ਕੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾ, ਹਾਂ ਤਿਸ ਕੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾ, ਹਾਂ ਤਿਸ ਕੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾ, ਥੋੜਾ
ਕਿਸ ਕੋਲ ਕੁਆਇਆ ਥੋੜਾ ਸਵ ਥੋੜਾ ਹੀ ਖਾਵੇ ਥੋੜਾ ਸੋਣਾ ਥੋੜਾ ਖਾਣਾ ਇਸ ਕਰਕੇ ਕਿ ਜ਼ਿਆਦਾ ਨਾਮ ਜਪਿਆ ਜਾ ਸਕੇ ਜੇ ਥੋੜਾ ਖਾ ਰਹੇ ਹੋ ਔਰ ਥੋੜਾ ਸੋ ਰਹੇ ਹੋ ਔਰ ਫਿਰ ਵੀ ਨਾਮ ਨਹੀਂ ਫਿਰ ਵੀ ਭਜਨ ਨਹੀਂ ਜਿਵੇਂ ਸਟਾਰਟਿੰਗ 'ਚ ਅਰਦਾਸ ਨੇ ਦੱਸਿਆ ਸੀ ਕਿ ਕੁਦਰਤੀ ਕਿਸੇ ਨੂੰ ਗੋਡ ਗਿਫਟ ਮਿਲੀ ਹੈ ਕੁਦਰਤੀ ਉਹਦੀ ਨੀਂਦ ਹੀ ਘੱਟ ਕੁਦਰਤੀ ਉਹਦੀ ਭੁੱਖ ਹੀ ਘੱਟ ਕੁਦਰਤੀ ਉਹਨੇ ਅਭਿਆਸ ਨਹੀਂ ਕੀਤਾ ਰੱਬ ਵੱਲੋਂ ਹੀ ਉਹਨੂੰ ਗਿਫਟ ਮਿਲਿਆ ਕਿ ਸੋਣਾ ਘੱਟ ਹੈ ਔਰ ਘੱਟ ਸੋਣ ਵਿੱਚ ਉਹਦੀ ਨੀਂਦ ਪੂਰੀ ਹੋ ਜਾਂਦੀ ਹੈ ਸਰੀਰ ਤਗੜਾ ਕੁਦਰਤੀ ਉਹਨੂੰ ਥੋੜਾ ਸੋਣਾ ਇਹ ਦਾਤ ਮਿਲੀ ਥੋੜਾ ਖਾਣਾ ਇਹ ਦਾਤ ਮਿਲੀ ਅਗਰ ਖੁਸ਼ ਨਸੀਬੀ ਦੇ ਨਾਲ ਆ ਗੁਣ ਪਰਮੇਸ਼ਰ ਨੇ ਤੈਨੂੰ ਦਿੱਤੇ ਬੰਦਿਆ ਕਿ ਘੱਟ ਨੀਂਦ ਦਾ ਗੁਣ ਤੈਨੂੰ ਤੇਰੇ ਕੋਲ ਹੈ ਘੱਟ ਖਾਣ ਦਾ ਤੇਰੇ ਕੋਲ ਗੁਣ ਹੈ ਫਿਰ ਤੇਰੇ ਕੋਲ ਬਹੁਤ ਸਮਾਂ ਮਿਲ ਰਿਹਾ ਫਿਰ ਸਮਾਂ ਵਿਅਰਥ ਨਾ ਕਰ ਤੇ ਜੇ ਸਮਾਂ ਵਿਅਰਥ ਕਰ ਰਿਹਾ ਫਿਰ ਇਹ ਤੇਰੇ ਲਈ ਫੈਸਲੇ ਨੇ ਕੀ ਕਹਿੰਦੇ ਨਾਨਕ ਤ੍ਰਿਕ ਤੇ ਨਾਦਾ ਜੀਵਿਆ ਨਾਨਕ ਤ੍ਰਿਕ ਤੇ ਨਾਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ 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 ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮੈਂ ਘੋਲੀ ਘੋਲੀ ਜਾਂਦਾ ਮੈਂ ਵਾਰੀ ਵਾਰੀ ਜਾਂਦਾ ਜਿਨ੍ਹਾਂ ਦੀ ਨੀਂਦ ਘੱਟ ਜਿਨ੍ਹਾਂ ਦੀ ਭੁੱਖ ਘੱਟ ਜਿਹੜਾ ਥੋੜਾ ਸੌਂਦੇ ਥੋੜਾ ਖਾਂਦੇ ਬਹੁਤੀ ਭਗਤੀ ਕਰਨ ਵਾਸਤੇ ਆਖੋ ਸਤਨਾਮ ਕਹਿੰਦੇ ਮੈਂ ਵਾਰੀ ਜਾਂਦਾ ਵਾਰੀ ਹਾਂ ਤਿਸ ਕੋਲ ਕੁਆਇਆ ਥੋੜਾ ਸਵੈ ਥੋੜਾ ਹੀ ਖਾ ਹਾਂ ਤਿਸ ਕੋਲ ਕੁਆਇਆ ਥੋੜਾ ਸਵੈ ਥੋੜਾ ਹੀ ਖਾ ਹਾਂ ਤਿਸ ਕੋਲ ਕੁਆਇਆ ਥੋੜਾ ਸਵੈ ਥੋੜਾ ਹੀ ਖਾ ਸਵੇ ਥੋੜਾ ਹੀ ਖਾਵੇ ਥੋੜਾ ਸਵੇ ਥੋੜਾ ਹੀ ਖਾਵੇ ਥੋੜਾ ਸਵੇ ਥੋੜਾ ਹੀ ਖਾਵੇ ਥੋੜਾ ਸਵੇ ਥੋੜਾ ਹੀ ਖਾਵੇ ਹੈ अगर तुहानू ए वीडियो बढ़िया लगी है तो लाइक करो अते अगे शेयर जरूर करो जी।